ਕਿਸਾਨ ਜਥੇਬੰਦੀਆਂ ਨੇ ਡੇ ਫਰਸਟ ਤੋਂ ਜਦੋਂ ਤੋਂ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਸੀ ਇਹਨਾਂ ਤੋਂ ਕਿਨਾਰਾ ਕੀਤਾ ਹੋਇਆ ਸੀ ਵਕੀਲ ਸਾਹਿਬ ਜਿਵੇਂ 7 ਦਿਨ ਦਾ ਪੁਲਿਸ ਮਾਨਡ ਲਿਆ ਗਿਆ ਜਾਂਚ ਏਜੰਸੀਆਂ ਵੱਲੋਂ ਕਿਵੇਂ ਦੇਖਦੇ ਹੋ 7 ਦਿਨਾਂ ਦੇ ਵਿੱਚ ਕੀ ਕੀ ਪੁੱਛਿਆ ਜਾ ਸਕਦਾ ਦੀਪ ਸਿੱਧੂ ਤੋਂ ਕਿਹੜੀਆਂ ਕਿੜੀਆਂ ਗੱਲਾਂ ਦੀ ਜਿਹੜੀ ਹੈਗੀ ਆ ਜਾਂਚ ਪੜਤਾਲ ਕੀਤੀ ਜਾ ਸਕਦੀ ਆ ਕਿਸ ਤਰ੍ਹਾਂ ਜਿਹੜੀਆਂ ਹੈਗੀਆਂ ਸਾਹਮਣੇ ਆ ਸਕਦਾ ਕੀ ਕੁਝ ਜਾਂਚ ਏਜੰਸੀਆਂ ਦੇ ਲਈ ਇਹ ਬੜਾ ਟੇਡਾ ਸਵਾਲ ਹੋਏਗਾ ਔਰ ਜੇਕਰ ਜਾਂਚ ਸਹੀ ਪੈਟਰਨ ਤੇ ਚੱਲਦੀ ਹੈ ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਾਂਚ ਏਜੰਸੀਆਂ ਉਹਦਾ ਰਿਮਾਂਡ ਦਾ ਹੋਰ ਵੀ ਮੰਗ ਕਰਨਗੀਆਂ ਪਿਛਲੇ 6-7 ਮਹੀਨੇ ਦੌਰਾਨ ਨੂੰ ਜੇ ਸਾਰੀਆਂ ਜਿਹੜੀਆਂ ਗਤੀਵਿਧੀਆਂ ਹੋਈਆਂ ਨੇ ਅਗਰ ਉਹਨਾਂ ਨੂੰ ਲੈ ਕੇ ਜਾਂਚ ਏਜੰਸੀਆਂ ਸੀਰੀਅਸ ਹੈਗੀਆਂ ਨੇ ਜਾਂਚ ਨੂੰ ਬਿਲਕੁਲ ਐਨ ਸਹੀ ਢੰਗ ਨਾਲ ਲੈ ਕੇ ਜਾਣਗੀਆਂ ਔਰ ਦੁਨੀਆਂ ਦੇ ਸਾਹਮਣੇ ਸਚਾਈ ਲੈ ਕੇ ਆਉਣਗੀਆਂ ਵੀ ਅਸਲੀ ਇਹ ਕੌਣ ਸੀ ਇਸ ਵਿਅਕਤੀ ਦੇ ਮਨਸੂਬੇ ਕੀ ਸੀ ਜਾਂ ਫਿਰ ਇਹ ਸਿਰਫ ਹੀਰੋ ਬਣ ਦੇ ਚੱਕਰ ਦੇ ਵਿੱਚ ਉਸ ਲਪੇਟ ਦਾ ਸ਼ਿਕਾਰ ਹੋਇਆ ਜਿ ਜਿਹੜਾ ਨੈਸ਼ਨਲ ਮੀਡੀਆ ਦਿਖਾ ਰਿਹਾ ਹੈ ਆਪ ساری ਜ਼ਿੰਦਗੀ ਜੇਲ੍ਹ ਵਿੱਚ ਰਹੇਗਾ ਆਪ ਇਸ ਦੀ ਲਾਈਫ ਟਾਈਮ ਜੇਲ੍ਹ ਵਿੱਚ ਰਹੇਗਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਨਵੈਸਟੀਗੇਸ਼ਨ ਜਿਹੜੀ ਪ੍ਰੀਲੀਮੀਨਰੀ ਰਿਮਾਂਡ ਤੋਂ ਬਾਅਦ ਪੂਰੀ ਹੁੰਦੀ ਹੈ ਕਿਹੜੀ ਧਾਰਾਾਂ ਵਿੱਚ ਵਾਧਾ ਹੁੰਦਾ ਹੈ ਕਿ ਇਹਦੇ ਉੱਤੇ ਦੇਸ਼ ਧਰੋਹੀ ਧਾਰਾ ਵੀ ਐਡ ਕੀਤੀ ਜਾਂਦੀ ਹੈ ਜਾਂ ਇਹਨੂੰ ਆਪਾ ਦੇ ਵਿੱਚ ਲੈ ਕੇ ਆ ਯੂਪੀ ਦੇ ਵਿੱਚ ਲੈ ਕੇ ਆਇਆ ਜਾਂਦਾ ਹੈ ਕਿ ਨਹੀਂ ਲਿਕੇ ਜਾਇਆ ਜਾਂਦਾ ਠੀਕ ਹੈ ਉਹਨਾਂ ਨੇ ਮੁੱਦੇ ਕੁਝ ਹੋਰ ਰੱਖੇ ਨੇ ਪਰ ਜਿਹੜੀ ਇਹ ਹਿੰਸਾ ਹੋਈ ਹੈ ਉਹਦੇ ਵਿੱਚ ਦੀਪ ਸਿੱਧੂ ਦਾ ਇੱਕ ਹੀਰੋ ਬਣ ਕੇ ਨਿਕਲਣਾ ਇਆ ਉੱਥੇ ਜਾ ਕੇ ਲਾਲ ਕਿਲੇ ਤੇ ਸੰਬੋਧਨ ਕਰਨਾ ਸ਼ਾਇਦ ਉਹਦੇ ਲਈ ਸਭ ਤੋਂ ਵੱਡਾ ਜਿਹੜਾ ਗਲਤ ਸਾਬਤ ਹੋਇਆ ਜਦੋਂ ਡਕੈਤੀ ਦੀ ਗੱਲ ਆਉਂਦੀ ਹੈ ਡਕੈਤੀ ਦੀਪ ਸਿੱਧੂ ਨੇ ਨਹੀਂ ਕੀਤੀ ਇਹ ਅਸੀਂ ਵੀ ਦੇਖਿਆ ਹੈ ਰੋਬਰੀ ਦੀ ਗੱਲ ਆਉਂਦੀ ਹੈ ਉਸੇ ਕਿਸੇ ਦੀ ਲੁੱਟਖੋਈ ਇਹਨਾਂ ਨੇ ਨਹੀਂ ਕੀਤੀ ਹੈਗੀ ਹੁਣ ਅਗਰ ਪੁਲਿਸ ਕਹਿ ਵੀ ਦਿੰਦੀ ਆ ਵੀ ਸਾਡੇ ਕੋਲ ਪਿਸਤੌਲ ਖੋਲੀ ਹੈ ਜੀ ਉਹ ਪੁਸ਼ ਖੋਲੀ ਹੈ ਤਾਂ ਬੜਾ ਮੁਸ਼ਕਲ ਹੋਏਗਾ ਟੀਡੀ ਖੀਰ ਸਾਬਤ ਹੋਏਗੀ ਮੈਨੂੰ ਨਹੀਂ ਲੱਗਦਾ ਭਈ ਉਹ ਬਹੁਤ ਲੰਮਾ ਸਮਾਂ ਜੇਲ੍ਹ 'ਚ ਰਹੇਗਾ ਜੇ ਇਸੇ ਐਫ ਆਈ ਆਰ ਐਫ ਆਈ ਆਰ ਦੇ ਵਿੱਚ ਰਿਹਾ ਅਗਰ ਯੂਏਪੀਏ ਲੱਗਦਾ ਹੈ ਤਾਂ ਥੋੜਾ ਸਮਾਂ ਲੱਗੇਗਾ ਮਨ ਲਓ ਅਗਰ ਪੁਲਿਸ ਸਚਾਈ ਜਿਹੜੀ ਹੈਗੀ ਆ ਜਾਂ ਜਿਹੜੇ ਧਰਾਮਾ ਲਾਈਆਂ ਉਹਨਾਂ ਨੂੰ ਸਾਬਤ ਕਰਨ ਦੇ ਵਿੱਚ ਜਿਹੜੀ ਹੈਗੀ ਆ ਉਹਨਾਂ ਨੂੰ ਸੱਚਾ ਸਾਬਤ ਕਰਨ ਦੇ ਵਿੱਚ ਸਫਲ ਹੁੰਦੀ ਆ ਫਿਰ ਕੀ ਸਜ਼ਾ ਹੋ ਸਕਦੀ ਹੈ ਕਿੰਨੇ ਸਾਲ ਦੀ ਸਜ਼ਾ ਹੋ ਸਕਦੀ ਹੈ ਦੀਪ ਸਿੱਧੂ ਨੂੰ ਸਰਕਾਰ ਨੇ ਜਿਹੜੀ ਪ੍ਰੀਪਲਾਨਡ ਕੰਮ ਸੀਗਾ ਇਹਨਾਂ ਨੂੰ ਡਾਇਵਰਟ ਕਰਕੇ ਲੌਲੀਪੌਪ ਦੇ ਕੇ ਪ੍ਰੇਡ ਦਾ ਉਹਦੇ ਵਿੱਚ ਉਹਨਾਂ ਨੇ ਜਿਹੜੀ ਥੋੜੀ ਬਹੁਤੀ ਹਿੰਸਾ ਪੜਕਾ ਕੇ ਜਿਹੜਾ ਮੀਡੀਆ ਪਰ ਘੋਰ ਕੀਤਾ ਹੋਇਆ ਸੀਗਾ ਉਹ ਸਰਕਾਰ ਉਸ ਵਿੱਚ ਕਾਫੀ ਹੱਦ ਤੱਕ ਸਫਲ ਹੋਈ ਆ ਪਰ 26 ਜਨਵਰੀ ਤੋਂ ਬਾਅਦ ਜਾਂ ਜਦੋਂ ਟਕੈਤ ਇਨਸੀਡੈਂਟ ਹੁੰਦਾ ਉਸ ਤੋਂ ਬਾਅਦ ਸਾਰੇ ਬੰਦੇ ਯੂਨਾਈਟਿਡ ਨੇ ਉਹ ਉਹਨਾਂ ਦੀਆਂ ਰਣਨੀਤੀਆਂ ਹੁੰਦੀਆਂ ਨੇ ਰਾਸੀ ਸ਼ਾਇਦ ਉਹਦੇ ਵਿੱਚ ਕਿਤੇ ਨਾ ਕਿਤੇ ਦੀਪ ਸਿੱਧੂ ਸ਼ਾਮਲ ਸੀ ਜਾਂ ਦੀਪ ਸਿੱਧੂ ਨੂੰ ਉਹਨਾਂ ਨੇ ਯੂਜ਼ ਕਰਿਆ ਤਾਂ ਇਸ ਕਰਕੇ ਨਿੱਜੀ ਤੌਰ ਤੇ ਮੈਂ ਦੇਖਦਾ ਵੀ ਜਿਹੜਾ ਕ੍ਰਿਮੀਨਲ ਸਿਸਟਮ ਉਹਦੇ ਦੇ ਉੱਤੇ ਪਿਆ ਕੇਸ ਪਿਆ ਹੈ ਐਜ਼ ਅ ਲਾਇਰ ਮੈਂ ਉੱਤੇ ਚ ਮੈਨੂੰ 100% ਯਕੀਨ ਹੈ ਵੀ ਉਹਦੇ ਤੇ ਕੋਈ ਕਾਰਵਾਈ ਸਖਤ ਜਿਹੜੀ ਹੈ ਉਹ ਨਹੀਂ ਹੋਣੀ ਹੈਗੀ ਉਹ ਕੋਰਟ ਨੇ ਉਹਨੂੰ ਰਿਲੀਫ ਦੇਣਾ ਹੀ ਦੇਣਾ ਹੈਗਾ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਦਿਨ ਪ੍ਰਤੀ ਦਿਨ ਲਗਾਤਾਰ ਲੰਬਾ ਤੇ ਤਿੱਖਾ ਹੁੰਦਾ ਜਾ ਰਿਹਾ ਹੈ ਤੇ ਇਸ ਸੰਘਰਸ਼ ਦੇ ਦੌਰਾਨ 26 ਜਨਵਰੀ ਜੀ ਜੋ ਟਰੈਕਟਰ ਪ੍ਰੇਡ ਰੱਖੀ ਗਈ ਸੀ ਉਸ ਨੂੰ ਲੈ ਕੇ ਜੋ ਘਟਨਾ ਵਾਪਰੀ ਐ ਇਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਜੋ ਮੁੱਖ ਤੌਰ ਤੇ ਦੀਪ ਸਿੱਧੂ ਤੇ ਲੱਖਾ ਸਿਧਾਣਾ ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ ਤੇ ਬੀਤੇ ਦਿਨੀ ਪੁਲਿਸ ਵੱਲੋਂ ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ 7 ਦਿਨਾਂ ਦੇ ਪੁਲਿਸ ਰਿਮਾਨਡ ਦੇ ਉੱਤੇ ਭੇਜਿਆ ਗਿਆ ਤੇ ਹੁਣ ਸਵਾਲ ਵੱਡੇ ਉੱਠ ਰਹੇ ਨੇ ਕਿ ਆਖਿਰ ਦੀਪ ਸਿੱਧੂ ਦਾ ਹੁਣ ਕੀ ਬਣੂਗਾ ਕਿ ਦੀਪ ਸਿੱਧੂ ਵਾਕੀ ਸਰਕਾਰ ਦਾ ਮੋਹਰਾ ਸੀ ਕਿਸਾਨ ਚਘਰਚ ਖਰਾਬ ਕਰਨ ਦੇ ਲਈ ਉਸ ਨੂੰ ਛੱਡਿਆ ਗਿਆ ਸੀ ਕਿ ਦੀਪ ਦੀਪ ਸਿੱਧੂ ਨਿਰਦੋਸ਼ ਹੈ ਜੋ ਉਸ ਤੇ ਧਰਾਵਾਂ ਲੱਗੀਆਂ ਨੇ ਉਸ ਦੇ ਤਹਿਤ ਅਗਰ ਦੋਸ਼ ਸਾਬਤ ਹੁੰਦੇ ਆ ਤਾਂ ਸਜ਼ਾ ਕੀ ਹੋਏਗੀ ਕਦੋਂ ਜ਼ਮਾਨਤ ਹੋਏਗੀ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਦੀਪ ਸਿੱਧੂ ਨੂੰ ਲੈ ਕੇ ਜਿਸ ਦੇ ਜਵਾਬ ਜਾਣਨ ਦੇ ਲਈ ਅੱਜ ਅਸੀਂ ਗੱਲ ਕਰਾਂਗੇ ਸੀਨੀਅਰ ਵਕੀਲ ਕਮਲ ਸਿੰਘ ਸੈਣੀ ਦੇ ਨਾਲ ਕਿਉਂਕਿ ਲਗਾਤਾਰ ਕਈ ਲੋਕ ਦੀਪ ਸਿੱਧੂ ਦੇ ਹੱਕ ਦੇ ਵਿੱਚ ਵੀ ਆ ਰਹੇ ਨੇ ਤੇ ਕਈ ਲੋਕ ਵਿਰੋਧ ਦੇ ਵਿੱਚ ਵੀ ਨੇ ਦੇ ਲੋਕ ਜਾਣਨਾ ਚਾਹੁੰਦੇ ਆ ਕਿ ਹੁਣ ਦੀਪ ਸਿੱਧੂ ਦਾ ਆਖਿਰ ਬਣੂਗਾ ਕੀ ਜਿਸ ਤਰ੍ਹਾਂ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਮੇਰਾ ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਕੀਲ ਸਾਹਿਬ ਦੀਪ ਸਿੱਧੂ ਨੂੰ ਜਿਹੜਾ ਹੈਗਾ ਮੁੱਖ ਤੌਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਕਹਿ ਸੀ ਇਹ ਜ਼ੁਮੇਵਾਰ ਆ 26 ਤਰੀਕ ਨੂੰ ਜੋ ਘਟਨਾ ਵਾਪਰੀ ਸੀ ਲਾਲ ਕਿਲੇ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਦੀਪ ਸਿੱਧੂ ਦੀ ਦੀਪ ਸਿੱਧੂ ਲਗਾਤਾਰ ਰੋ ਰਿਹਾ ਵੀਡੀਓ ਬਣਾ ਕੇ ਕਿ ਮੇਰਾ ਦੋਸ਼ ਨਹੀਂ ਹੈ ਮੈਂ નિર્ਦੋਸ਼ ਹ ਮੈਨੂੰ ਫਸਾਇਆ ਜਾ ਰਿਹਾ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਸਰਕਾਰ ਦਾ ਮੋਹਰਾ ਸੀਗਾ ਇਹ ਸਰਕਾਰ ਵੱਲੋਂ ਛੱਡਿਆ ਗਿਆ ਸੀ ਅੰਦੋਲਨ ਨੂੰ ਇਸਨੇ ਪਟਕਾਇਆ ਲਾਲ ਕਿਲੇ ਲੈ ਕੇ ਗਿਆ ਪੁਲਿਸ ਵੱਲੋਂ ਹੁਣ ਗ੍ਰਿਫਤਾਰ ਕਰ ਦਿੱਤਾ ਗਿਆ 7 ਦਿਨ ਦਾ ਰਿਮਾਂਡ ਆ ਸਭ ਤੋਂ ਪਹਿਲਾਂ ਜਾਣਨਾ ਚਾਹੁੰਦਾ ਇਸ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਕਿਹੜੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਕਿੱਥੇ ਪੇਸ਼ ਕੀਤਾ ਸੀ ਦੇਖੋ ਦੀਪ ਸਿੱਧੂ ਨੂੰ 307 395 ਦਕਕਤੀ 397 ਰੋਵਰੀ ਆਰਮਜ਼ ਐਕਟ ਤੇ ਕੁਝ ਹੋਰ ਤਰ੍ਹਾਂ ਮ ਆਈਪੀਸੀਆਂ ਲਗਾਈਆਂ ਨੇ ਤੇ ਉਹਨਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਇੱਕ ਸਾਰੀਆਂ ਤਰ੍ਹਾਂਾਂ ਜਿਹੜੀਆਂ ਨਾਨ ਅਵੇਲੇਬਲ ਨੇ ਇਹਨਾਂ ਦੇ ਵਿੱਚ ਕਾਫੀ ਸਜ਼ਾ ਦਾ ਪ੍ਰਾਵਿਧਾਨ ਹੈ 7 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੈ ਪਰ ਦੂਸਰੀ ਗੱਲ ਹੈ ਇਹਨਾਂ ਨੂੰ 30 ਜਾਰੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ 7 ਦਿਨਾਂ ਦਾ ਇਹਨਾਂ ਦਾ ਰਿਮਾਂਡ ਸੀ ਜਿਹੜਾ ਪੁਲਿਸ ਨੇ ਲਿਆ ਤੁਸੀਂ ਸਵਾਲ ਪੁੱਛਿਆ ਵੇ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਇਹਨਾਂ ਤੇ ਐਲੀਗੇਸ਼ਨ ਲਗਾ ਰਹੀਆਂ ਨੇ ਵੀ ਇਹ ਸਰਕਾਰ ਦਾ ਬੰਦਾ ਹੈ ਜਾਂ ਕੁਝ ਹੋਰ ਮੀਡੀਆ ਵੀ ਲਗਾ ਰਿਹਾ ਹੈ ਐਲੀਗੇਸ਼ਨ ਵੀ ਇਹ ਸਰਕਾਰ ਦਾ ਬੰਦਾ ਸੀ ਅੰਦੋਲਨ ਖਰਾਬ ਕਰਨ ਦੇ ਲਈ ਸਰਕਾਰ ਨੇ ਇਹਨੂੰ ਭੇਜਿਆ ਸੀ ਸੋ ਇਹ بڑا ਸਵਾਲ ਜਿਹੜਾ ਹੁਣ ਦਿੱਲੀ ਪੁਲਿਸ ਦੇ ਹੱਥ ਦੇ ਵਿੱਚ ਹੈਗਾ ਕਿਉਂਕਿ ਦਿੱਲੀ ਪੁਲਿਸ ਨੇ ਇਨਵੈਸਟੀਗੇਸ਼ਨ ਕਰਨੀ ਹੈ ਚਾਹੇ ਉਹਦੀ ਕ੍ਰਾਈਮ ਬ੍ਰਾਂਚ ਕਰੇ ਜਾਂ ਸਪੈਸ਼ਲ ਸੈੱਲ ਕਰੇ ਜਾਂ ਕੋਈ ਸਰਕਾਰ ਐਨਆਈਏ ਐਨਆਈਏ ਨੂੰ ਦਵੇ ਜਾਂ ਕਿਸੇ ਵੱਡੀ ਏਜੰਸੀ ਸੀਬੀਆਈ ਤੋਂ ਉਹਦੀ ਜਾਂਚ ਕਰਾਵੇ ਤਾ ਸਭ ਤੋਂ ਵੱਡਾ ਜਿਹੜੀ ਜ਼ਿੰਮੇਵਾਰੀ ਆ ਉਹ ਕੇਂਦਰ ਸਰਕਾਰ ਦੀ ਆ ਵੀ ਕੇਂਦਰ ਸਰਕਾਰ ਪਿਛਲਾ ਟਰੈਕ ਰਿਕਾਰਡ ਉਹਦਾ ਉਹ ਕਿੰਨਾ ਵਿਅਕਤੀਆਂ ਦੇ ਸੰਪਰਕ ਦੇ ਵਿੱਚ ਰਿਹਾ ਫੇਸ ਵੈਲਿਊ ਕਿਹਨਾਂ ਦੇ ਨਾਲ ਉਹਦੀ ਜ਼ਿਆਦਾ ਅਗਿਸਟ ਕਰਦੀ ਸੀ ਟੈਲੀਫੋਨਿਕਲੀ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਟੈਲੀਫੋਨ ਦੇ ਜ਼ਰੀਏ ਹੋਰ ਨੈਟਵਰਕ ਜਿਹੜਾ ਉਹਦਾ ਕਿੱਥੇ ਤੱਕ ਫੈਲਿਆ ਹੋਇਆ ਸੀਗਾ ਵੀ ਜੇਕਰ ਉਹ ਸਰਕਾਰ ਦਾ ਬੰਦਾ ਸੀ ਤਾਂ ਮੈਨੂੰ ਲੱਗਦਾ ਹੈ ਸਰਕਾਰ ਨੂੰ ਨਿਸ਼ਪੱਖ ਸ਼ੋਕੇ ਦੀ ਜਾਂਚ ਕਰਕੇ ਪੱਖ ਰੱਖਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਸਪਸ਼ਟ ਕਰਨਾ ਚਾਹੀਦਾ ਜਨਤਾ ਸਾਹਮਣੇ ਵੀ ਇਹ ਸਰਕਾਰ ਦਾ ਬੰਦਾ ਸੀ ਜਾਂ ਨਹੀਂ ਸੀ ਦੂਸਰੀ ਗੱਲ ਕਿਸਾਨ ਜਥੇਬੰਦੀਆਂ ਦਾ ਹੈ ਡੇ ਫਰਸਟ ਤੋਂ ਜਦੋਂ ਤੋਂ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਸੀ ਇਹਨਾਂ ਤੋਂ ਕਿਨਾਰਾ ਕੀਤਾ ਹੋਇਆ ਸੀ ਉਹ ਕਿਨਾਰਾ ਉਹਨਾਂ ਦਾ ਚਾਹੇ ਵਿਚਾਰਧਾਰਾ ਦੇ ਹਿਸਾਬ ਦੇ ਨਾਲ ਸੀ ਚਾਹੇ ਸਿਰਫ ਕਿਸਾਨੀ ਮੁੱਦੇ ਨੂੰ ਲੈ ਕੇ ਸੀ ਜਾਂ ਕੋਈ ਹੋਰ ਗੱਲ ਸੀ ਕਿਸਾਨ ਜਥੇਬੰਦੀਆਂ ਇਹਨਾਂ ਤੋਂ ਅਲੱਗ ਹੋ ਕੇ ਚੱਲ ਰਹੀਆਂ ਸੀ ਇਹ ਨਿਰਸੰਦੇ ਉਹਨਾਂ ਨੇ ਇਹਨਾਂ ਨੂੰ ਸਟੇਜ ਤੇ ਵੀ ਨਹੀਂ ਆਉਣ ਦਿੱਤਾ ਹੁਣ ਵੱਡਾ ਸਵਾਲ ਹੈ ਜੇਕਰ ਜਾਂਚ ਏਜੰਸੀਆਂ ਪੂਰੀ ਕਨਕ੍ਰੀਟ ਜਿਹੜੀ ਐਵੀਡੈਂਸ ਲੈ ਕੇ ਆਉਂਦੀਆਂ ਨੇ ਡੀਪਲੀ ਇਹਦੀ ਜਾਂਚ ਕਰਦੀਆਂ ਨੇ ਤਾਂ ਉਹ ਕੋਰਟ ਦੇ ਸਾਹਮਣੇ ਪੇਸ਼ ਹੋਏਗਾ ਔਰ ਜਦੋਂ ਚਾਰਜ ਸ਼ੀਟ ਪੇਸ਼ ਹੋਏਗੀ ਉਦੋਂ ਹੀ ਪਤਾ ਲੱਗੇਗਾ ਵੀ ਇਹਦੇ ਕਿਹਦੇ ਕਿਹਦੇ ਨਾਲ ਸੰਬੰਧ ਸੀਗੇ ਵਕੀਲ ਸਾਹਿਬ ਜਿਵੇਂ 7 ਦਿਨ ਦਾ ਪੁਲਿਸ ਮਾਨਡ ਲਿਆ ਗਿਆ ਜਾਂਚ ਏਜੰਸੀਆਂ ਵੱਲੋਂ ਕਿਵੇਂ ਦੇਖਦੇ ਹੋ 7 ਦਿਨਾਂ ਦੇ ਵਿੱਚ ਕੀ ਕੀ ਪੁੱਛਿਆ ਜਾ ਸਕਦਾ ਦੀਪ ਸਿੱਧੂ ਤੋਂ ਕਿਹੜੀਆਂ ਕਿੜੀਆਂ ਗੱਲਾਂ ਦੀ ਜਿਹੜੀ ਹੈਗੀ ਆ ਜਾਂਚ ਪੜਤਾਲ ਕੀਤੀ ਜਾ ਸਕਦੀ ਆ ਕਿਸ ਤਰ੍ਹਾਂ ਜਿਹੜੀਆਂ ਹੈਗੀਆਂ ਸਾਹਮਣੇ ਆ ਸਕਦਾ ਕੀ ਕੁਝ ਦੇਖੋ ਹੁਣ ਦੀਪ ਸਿੱਧੂ ਸਭ ਤੋਂ ਪਹਿਲੀ ਗੱਲ ਹੈ ਉਹਨੂੰ ਉਹ ਜਿਸ ਤਰ੍ਹਾਂ ਵੀ ਉਹ ਕਿੱਥੇ ਕਿੱਥੇ ਰਿਹਾ ਪਹਿਲਾਂ ਉਹ ਕਿੱਥੇ ਰਹਿੰਦਾ ਸੀ ਉਹਦਾ ਬੰਬੇ ਦਾ ਰੈਜ਼ੀਡੈਂਸ ਆ ਜਾਂ ਉਹਦੇ ਹੋਰ ਰਿਲੇਸ਼ਨ ਕਿੱਥੇ ਸੀਗੇ ਜਾਂਚ ਏਜੰਸੀਆਂ ਦੇ ਲਈ ਇਹ ਬੜਾ ਟੇਡਾ ਸਵਾਲ ਹੋਏਗਾ ਔਰ ਜੇਕਰ ਜਾਂਚ ਸਹੀ ਪੈਟਰਨ ਤੇ ਚੱਲਦੀ ਹੈ ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਾਂਚ ਏਜੰਸੀਆਂ ਉਹਦਾ ਰਿਮਾਂਡ ਦਾ ਹੋਰ ਵੀ ਮੰਗ ਕਰਨਗੀਆਂ ਕਿਉਂਕਿ ਪਿਛਲੇ 6-7 ਮਹੀਨੇ ਦੌਰਾਨ ਉਹ ਸਾਰੀਆਂ ਜਿਹੜੀਆਂ ਗਤੀਵਿਧੀਆਂ ਹੋਈਆਂ ਨੇ ਅਗਰ ਉਹਨਾਂ ਨੂੰ ਲੈ ਕੇ ਜਾਂਚ ਏਜੰਸੀਆਂ ਸੀਰੀਅਸ ਹੈਗੀਆਂ ਨੇ ਜਾਂਚ ਨੂੰ ਬਿਲਕੁਲ ਸਹੀ ਢੰਗ ਨਾਲ ਲੈ ਕੇ ਜਾਣਗੀਆਂ ਔਰ ਦੁਨੀਆਂ ਦੇ ਸਾਹਮਣੇ ਸਚਾਈ ਲੈ ਕੇ ਆਉਣਗੀਆਂ ਵੀ ਅਸਲੀ ਇਹ ਕੌਣ ਸੀ ਇਸ ਵਿਅਕਤੀ ਦੇ ਮਨਸੂਬੇ ਕੀ ਸੀ ਜਾਂ ਫਿਰ ਇਹ ਸਿਰਫ ਹੀਰੋ ਬਣ ਦੇ ਚੱਕਰ ਦੇ ਵਿੱਚ ਉਸ ਲਪੇਟ ਦਾ ਸ਼ਿਕਾਰ ਹੋਇਆ ਅਬਗੇਲ ਸਾਹਿਬ ਇੱਕ ਮੇਨ ਸਵਾਲ ਮੈਂ ਪੁੱਛਣਾ ਚਾਹੁੰਦਾ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਉਹਦੇ ਕਿਹਦੇ ਕਿਹਦੇ ਨਾਲ ਸੰਪਰਕ ਸੀ ਕਿਹਦੇ ਕਿਹਦੇ ਨਾਲ ਗੱਲਬਾਤ ਹੁੰਦੀ ਸੀ ਇੱਕ ਸੈਲੀਬ੍ਰਿਟੀ ਸੀ ਇੱਕ ਜਦੋਂ ਸ਼ੰਭੂ ਦੇ ਉੱਤੇ ਨੇ ਮੋਰਚਾ ਲਗਾਇਆ ਸੀਗਾ ਮੀਡੀਆ ਦੇ ਸੰਪਰਕ ਦੇ ਵਿੱਚ ਵੀ ਸੀਗਾ ਆਮ ਲੋਕਾਂ ਦੇ ਵਿੱਚ ਕਾਫੀ ਗੱਲਬਾਤ ਹੋਈ ਆ ਹੁਣ ਜਦੋਂ ਉਹਦੀ ਗ੍ਰਿਫਤਾਰ ਹੋਈ ਹੈ ਕਾਫੀ ਲੋਕ ਜਿਹੜੇ ਹੈਗੇ ਆ ਉਹਨਾਂ ਦੇ ਸਮਰਥਕ ਹੋਣ ਜਾਂ ਉਹਨਾਂ ਦੇ ਸੰਪਰਕ ਦੇ ਵਿੱਚ ਹੋਣ ਉਹ ਕਾਫੀ ਕਬਰائے ਹੋਏ ਆ ਕਿ ਜਿਹੜੇ ਜਰਨਲ ਉਦਾਂ ਜਰਨਲ ਗੱਲਾਂ ਵੀ ਕਰਦੇ ਸੀ ਜਾਂ ਜਰਨਲ WhatsApp ਤੇ ਸੋਸ਼ਲ ਮੀਡੀਆ ਤੇ ਆਪਣੀ ਜਾਣਕਾਰੀ ਸਾਂਝੀ ਕਰਦੇ ਸੀ ਉਹ ਲੋਕ ਕਾਫੀ ਕਬਰائے ਹੋਏ ਡਰੇ ਹੋਏ ਆ ਕਿ ਹੁਣ ਸਾਨੂੰ ਨਾ ਕਿਤੇ ਜਾਂਚ ਏਜੰਸੀਆਂ ਤੰਗ ਕਰਨ ਬੇਵਜਾ ਨਹੀਂ ਇਹ ਦੇਖੋ ਬੜਾ ਸਵਾਲ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਦੀਪ ਸਿੱਧੂ ਅਗਰ ਉਹਦਾ ਭਾਜਪਾ ਦੇ ਨਾਲ ਲਿੰਕ ਲੱਗਦਾ ਹੈ ਜਾਂ ਉਹ ਭਾਜਪਾ ਦੇ ਸਲੀਪਰ ਸੈੱਲ ਦਾ ਉਹਤੇ ਇਲਜ਼ਾਮ ਲੱਗਿਆ ਹੈ ਤਾਂ ਨੇਚਰਲੀ ਗੱਲ ਹੈ ਵੀ ਜਾਂਚ ਏਜੰਸੀਆਂ ਇਹ ਦੇਖਣਗੀਆਂ ਵੀ ਕਿਹੜੇ-ਕਿਹੜੇ ਵੱਡੇ ਲੀਡਰ ਦੇ ਨਾਲ ਇਹਦੇ ਸਬੰਧ ਸੀਗੇ ਦੂਸਰੀ ਗੱਲ ਹੈ ਅਗਰ ਆਮ ਪਬਲਿਕ ਨੇ ਉਹਨੂੰ ਸੋਸ਼ਲ ਮੀਡੀਆ ਸਟਾਰ ਜਾਂ ਉਹਨੂੰ ਫਿਲਮ ਸਟਾਰ ਜਾਂ ਪੱਤਰਕਾਰ ਦੇ ਤੌਰ ਤੇ ਕਿਸੇ ਨੇ ਉਹਦੇ ਨਾਲ ਗੱਲਾਂ ਕੀਤੀਆਂ ਨਹੀਂ ਆ ਕੋਈ ਚੈਟ ਕੀਤੀ ਆ ਉਹ ਇਸ ਲੈਵਲ ਤੇ ਕੋਈ ਮਹਿੰਦੇ ਨਹੀਂ ਰਖਾਉਂਦੀ ਕਿਉਂਕਿ ਉਹ ਉਹਦੇ ਵਿਅਕਤੀਗਤ ਤੌਰ ਤੇ ਨਹੀਂ ਉਹਦੇ ਨਾਲ ਸੰਬੰਧ ਸੀ ਉਹ ਅਗਲਿਆਂ ਦੇ profession ਦੇ ਤੌਰ ਤੇ ਉਹਨਾਂ ਦੇ ਨਾਲ ਸੰਬੰਧ ਸੀ ਔਰ ਪੱਤਰਕਾਰ ਭਾਈਚਾਰਾ ਵਕੀਲ ਭਾਈਚਾਰਾ ਔਰ ਹੋਰ ਕਈ ਸਮਾਜ ਸੇਵੀ ਜਥੇਬੰਦੀਆਂ ਜਿਹੜੇ ਉਹਦੇ ਵਿਚਾਰਾਂ ਨੂੰ ਸਹੀ ਸਮਝਦਿਆਂ ਸੀਗੀਆਂ ਜਾਂ ਉਹਦੀ ਲਾਈਨ ਨੂੰ ਸਹੀ ਸਮਝਦਿਆਂ ਸੀਗੀਆਂ ਜਿਉਂ ਉਹਨਾਂ ਨੇ ਉਹਦੇ ਨਾਲ ਕੋਈ ਗੱਲ ਕੀਤੀ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਜਾਂਚ ਏਜੰਸੀਆਂ ਉਹਨਾਂ ਵਿਅਕਤੀਆਂ ਨੂੰ ਕੇਰੇ ਵਿੱਚ ਲੈ ਕੇ ਆਉਣਾ ਚਾਹੀਦਾ ਹੈ ਔਰ ਅਗਰ ਕੋਈ ਇਦਾਂ ਦੀ ਗੱਲ ਹੁੰਦੀ ਵੀ ਹੈਗੀ ਹੈ ਤਾਂ ਮੈਨੂੰ ਲੱਗਦਾ ਹੈ ਜਾਂਚ ਏਜੰਸੀਆਂ ਦੇ ਲਈ ਬਹੁਤ ਟੇਢੀ ਖੀਰ ਹੋਏਗੀ ਕਾਨੂੰਨੀ ਤੌਰ ਤੇ ਤੁਸੀਂ ਕਿਵੇਂ ਦੇਖਦੇ ਹੋ ਜਿਹੜੀਆਂ ਧਰਾਮਾਂ ਲਗਾਈਆਂ ਐ ਪੁਲਿਸ ਵੱਲੋਂ 7 ਦਿਨ ਦਾ ਰਿਮਾਂਡ ਦਿੱਤਾ ਗਿਆ ਕਿ ਇਸ ਤੋਂ ਬਾਅਦ ਰਿਮਾਂਡ ਵੱਧ ਸਕਦਾ ਹੈ ਜਿਹੜੀਆਂ ਧਰਾਮਾਂ ਲਗਾਈਆਂ ਗਈਆਂ ਜਾਂ ਜਮਾਨਤ ਹੋਵੇਗੀ ਆ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਉਂਕਿ ਲੋਕ ਲਗਾਤਾਰ ਸਵਾਲ ਚੁੱਕ ਰਿਹਾ ਕਿ ਹੁਣ ਦੀਪ ਸਿੱਧੂ ਨੂੰ ਜਮਾਨਤ ਮਿਲੇਗੀ ਨਹੀਂ ਮਿਲੇਗੀ ਕਿ ਇਸ ਨੂੰ ਉਮਰ ਕੈਦ ਹੋਵੇਗੀ ਕਿ ਸਜ਼ਾ ਹੋਵੇਗੀ ਕਾਫੀ ਸਵਾਲ ਆ ਰਹੇ ਨੇ ਕਾਨੂੰਨੀ ਤੌਰ ਤੇ ਜਿਹੜੀਆਂ ਧਰਾਵਾਂ ਲਗਾਈਆਂ ਜਾਂ ਲਾਲ ਕਿਲੇ ਦੀਆਂ ਤੁਸੀਂ ਵੀਡੀਓਜ਼ ਦੇਖੀਆਂ ਜੋ ਵੀ ਦੇਖੀਆਂ ਉਸ ਨੂੰ ਲੈ ਕੇ ਕਾਨੂੰਨੀ ਤੌਰ ਤੇ ਦਾਇਰੇ ਦੇ ਵਿੱਚ ਰਹਿੰਦੇ ਹੋ ਕਿਵੇਂ ਦੇਖਦੇ ਹੋ ਕਿ ਜਮਾਨਤ ਹੋ ਸਕਦੀ ਆ ਹਲੇ ਹੋਰ ਲੰਮਾ ਸਮਾਂ ਜਿਹੜਾ ਦੀਪ ਸਿੱਧੂ ਨੂੰ ਪੁਲਿਸ ਏਜੰਸੀਆਂ ਦੇ ਕੋਲ ਜਾਂ ਜੇਲ੍ਹ ਦੇ ਵਿੱਚ ਕੱਟਣਾ ਪਵੇਗਾ ਨਹੀਂ ਸਭ ਤੋਂ ਪਹਿਲਾਂ ਮੈਂ ਸਾਰੇ ਦਰਸ਼ਕਾਂ ਨੂੰ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਵੀ ਜਿਹੜਾ ਨੈਸ਼ਨਲ ਦਿਖਾ ਰਿਹਾ ਹੈ ਆਬ ਸਾਰੀ ਜ਼ਿੰਦਗੀ ਜੇਲ੍ਹ ਮੇ ਰਹੇਗਾ ਆਬ ਇਸki ਲਾਈਫ ਟਾਈਮ ਜੇਲ੍ਹ ਮੇ ਰਹੇਗਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਭ ਤੋਂ ਪਹਿਲਾਂ ਜਰੂਰ ਤੱਕ ਰਿਮਾਂਡ ਚੱਲਦਾ ਉਦੋਂ ਤੱਕ ਬੇਲ ਐਪਲੀਕੇਸ਼ਨ ਰੈਗੂਲਰ ਜਿਹੜੀ ਆ ਉਹ ਲਾਈ ਨਹੀਂ ਕਰਦੀ ਕਾਨੂੰਨੀ ਤੌਰ ਤੇ ਰਿਮਾਂਡ ਖਤਮ ਹੋਣ ਤੋਂ ਬਾਅਦ ਫਿਰ ਦੇਖਾਂਗੇ ਕਿ ਉਹਦੇ ਉੱਤੇ ਕਿਹੜੀਆਂ-ਕਿਹੜੀਆਂ ਧਰਾ ਮੈਂ ਇਹਨਾਂ ਨੇ ਲਗਾਈਆਂ ਨੇ ਜਾਂ ਕੋਈ ਹੋਰ ਐਡੀਸ਼ਨ ਕਰ ਰਹੇ ਨੇ ਇਨਵੈਸਟੀਗੇਸ਼ਨ ਜਿਹੜੀ ਪ੍ਰੀਲੀਮਿਨਰੀ ਰਿਮਾਂਡ ਤੋਂ ਬਾਅਦ ਪੂਰੀ ਹੁੰਦੀ ਹੈ ਕੀ ਧਾਰਾਾਂ ਵਿੱਚ ਵਾਧਾ ਹੁੰਦਾ ਹੈ ਕਿ ਇਹਦੇ ਉੱਤੇ ਦੇਸ਼ ਤਰੋਦੀ ਧਾਰਾ ਵੀ ਐਡ ਕੀਤੀ ਜਾਂਦੀ ਹੈ ਜਾਂ ਇਹਨੂੰ ਆਪਾ ਦੇ ਵਿੱਚ ਲੈ ਕੇ ਆ ਯੂਪੀ ਦੇ ਵਿੱਚ ਲੈ ਕੇ ਆਇਆ ਜਾਂਦਾ ਹੈ ਕਿ ਨਹੀਂ ਲਿਕੇ ਜਾਇਆ ਜਾਂਦਾ ਫਿਰ ਉਸ ਸੰਦਰਭ ਦੇ ਨਾਲ ਐਟ ਪ੍ਰੈਜ਼ੈਂਟ ਜਿਹੜੀਆਂ ਧਾਰਾਾਂ ਲੱਗੀਆਂ ਨੇ ਮੈਨੂੰ ਲੱਗਦਾ ਵੀ ਡਕੈਤੀ 307 ਯਾਰ ਰੋਬਰੀ ਜਿੰਨਾ ਵੀ ਅਸੀਂ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖੀਆਂ ਨੇ ਉਹਨਾਂ ਨੂੰ ਡੀਪਲੀ ਅਸੀਂ ਅਗਰ ਲੀਗਲ ਪੁਆਇੰਟ ਆਫ View ਦੇ ਨਾਲ ਐਨਾਲਿਸਿਸ ਕਰੀਏ ਤਾਂ ਉਹਨਾਂ ਦੇ ਵਿੱਚ ਕਿਤੇ ਵੀ ਇਹ ਨਹੀਂ ਹੈ ਕਿ ਦੀਪ ਸਿੰਧੂ ਨੇ ਕਿਸੇ ਨੂੰ ਪ੍ਰਵੋਕ ਕੀਤਾ ਹੈ ਕਿਸੇ ਨੂੰ ਕਿਹਾ ਹੈ ਕਿ ਤੁਸੀਂ ਲਾਲ ਕਿਲੇ ਤੇ ਜਾਓ ਜਾਂ ਤੁਸੀਂ ਝੰਡਾ ਲਹਿਰਾਉਣਾ ਜਾਂ ਅਸੀਂ ਹਿੰਸਾ ਕਰਨੀ ਹੈ ਉਹ ਸਾਰੀਆਂ ਵੀਡੀਓ ਸਪਸ਼ਟ ਨਹੀਂ ਆਫਟਰ ਆਲ ਕੋਈ ਨਾ ਕੋਈ ਕੰਕ੍ਰੀਟ ਐਵੀਡੈਂਸ ਤਾਂ ਜਾਂਚ ਏਜੰਸੀਆਂ ਨੂੰ ਚਾਹੀਦਾ ਹੈ ਜਿਹੜਾ ਉਹਨੂੰ ਸਾਬਤ ਕਰ ਸਕੇ ਇਹ ਜਿਹੜੀਆਂ ਤਾਰਾਮਾਂ ਨੇ ਡਕੈਤੀ ਰੋਬਰੀ ਜਾਂ ਕਿਸੇ ਤੇ ਅਸਾਲਟ ਕਰਨਾ ਇਹ ਕਿਸੇ ਵੀ ਤਰ੍ਹਾਂ ਦੀਪ ਸਿੱਧੂ ਦੇ ਉੱਤੇ ਐਟ ਪ੍ਰੈਜ਼ੈਂਟ ਜੋ ਸਿਨੈਰੀਓ ਸਾਡੇ ਸਾਹਮਣੇ ਹੈਗਾ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਅਸੀਂ ਵੱਖ-ਵੱਖ ਖਬਰਾਂ ਦੇ ਜ਼ਰੀਏ ਦੇਖਿਆ ਇਦਾਂ ਦੀ ਕੋਈ ਗੱਲ ਹੈ ਨਹੀਂ ਕਿ ਉਹਨੇ ਕਿਸੇ ਨੂੰ ਪਰਸਨਲੀ ਅਸਾਲਟ ਕੀਤਾ ਹੋਵੇ ਔਰ ਪ੍ਰੋਵੋਕ ਕਰਿਆ ਹੋਵੇ ਇਹ ਜ਼ਰੂਰ ਹੈ ਵੀ ਉਹ ਸ਼ੁਰੂ ਤੋਂ ਵਿੱਚੋਂ ਹੀ ਉਹਦੀ ਰਾਜਨੀਤਿਕ ਮਹੱਤਵਕਾਂਖਸ਼ਾ ਹੋ ਸਕਦੀ ਹੈ ਜਾਂ ਉਹ ਜੇਕਰ ਭਾਜਪਾ ਦੇ ਨਾਲ ਸੀ ਅੰਦੋਲਨ ਨੂੰ ਡਾਈਵਰਟ ਕਰਨ ਦਾ ਇਹ ਉਹਦੀ ਵਿਅਕਤੀਗਤ ਤੌਰ ਤੇ ਕੋਈ ਹੋਰ ਗੱਲ ਸੀ ਠੀਕ ਹੈ ਉਹਨਾਂ ਨੇ ਮੁੱਦੇ ਕੁਝ ਹੋਰ ਰੱਖੇ ਨੇ ਪਰ ਜਿਹੜੀ ਇਹ ਹਿੰਸਾ ਹੋਈ ਹੈ ਉਹਦੇ ਵਿੱਚ ਦੀਪ ਸਿੱਧੂ ਦਾ ਇੱਕ ਹੀਰੋ ਬਣ ਕੇ ਨਿਕਲਣਾ ਇਆ ਉੱਥੇ ਜਾ ਕੇ ਲਾਲ ਕਿਲੇ ਤੇ ਸੰਬੋਧਨ ਕਰਨਾ ਸ਼ਾਇਦ ਉਹਦੇ ਲਈ ਸਭ ਤੋਂ ਵੱਡਾ ਜਿਹੜਾ ਗਲਤ ਸੰਕਾ ਮਾਬਿਤ ਹੋਇਆ 26 ਜਨਵਰੀ ਨੂੰ ਵੀਡੀਓ ਆਈਆਂ ਸੀ ਕੁਝ ਕਿਸਾਨਾਂ ਦੀਆਂ ਹਿੰਸਾ ਦੇ ਦੌਰਾਨ ਝੜਪ ਵੀ ਹੋਈ ਆ ਪੁਲਿਸ ਦੇ ਨਾਲ ਕੁਝ ਜੜੀਆਂ ਹੈਗੀਆਂ ਸਮੋਕ ਜੜੀ ਹੈਗੀ ਧੂਆਂ ਸਿੱਟਣ ਵਾਲੀਆਂ ਗੰਨਾ ਵੀ ਖੋਈਆਂ ਵੀਡੀਓ ਵੀ ਆਈਆਂ ਕਾਫੀ ਕਿਤਨੇ ਕਿਤੇ ਕੀ ਲੱਗਦਾ ਉਹਨਾਂ ਜਿਹੜੇ ਅਸਲਾ ਖੋਇਆ ਗਿਆ ਪੁਲਿਸ ਤੋਂ ਉਹ ਵੀ ਉਹਦੇ ਵਿੱਚ ਵੀ ਦੀਪ ਸਿੱਧੂ ਨੂੰ ਜੋੜਿਆ ਜਾ ਰਿਹਾ ਕਿ ਹਾਂ ਆਸਤੇ ਕਹਿੰਦੇ ਉੱਤੇ ਸਭ ਕੁਝ ਹੋਇਆ ਨਹੀਂ ਉਹ ਦੇਖੋ ਐਰ ਦੀ ਸਟੇਜ ਪੁਲਿਸ ਜਿਹੜੀ ਮਰਜੀ ਤਰ੍ਹਾਂਾਂ ਲਾ ਦੇਵੇ ਜਦੋਂ ਕੋਰਟ ਦੇ ਵਿੱਚ ਚਾਰਜ ਸ਼ੀਟ ਫਾਈਨਲ ਜਾਂਦੀ ਹੈ ਉਹਦੀ ਇਨਵੈਸਟੀਗੇਸ਼ਨ ਕੰਪਲੀਟ ਹੋ ਕੇ ਜਾਂਦੀ ਹੈ ਉੱਥੇ ਕੋਰਟ ਦੇ ਵਿੱਚ ਬਹੁਤ ਕੁਝ ਦੇਖਿਆ ਜਾਂਦਾ ਹੈਗਾ ਐਵੇਂ ਕਿਸੇ ਦੇ ਕਹਿਣ ਨਾਲ ਜਾਂ ਪੁਲਿਸ ਦੇ ਤਾਰਾਂ ਲਗਾਉਣ ਦੇ ਨਾਲ ਕੋਰਟ ਨੇ ਮੰਨ ਨਹੀਂ ਲੈਣਾ ਹੈਗਾ ਉਹਦੇ ਕੰਟੈਂਟਸ ਕੀ ਨੇ ਉਹਦੀ ਐਟਰੀਬਿਊਸ਼ਨ ਕਿੰਨੀ ਹੈ ਕੀ ਐਵੀਡੈਂਸ ਕੋਰਟ ਚ ਲੈ ਕੇ ਚੱਲੀ ਹੈ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ ਔਰ ਇਨਵੈਸਟੀਗੇਸ਼ਨ ਏਜੰਸੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਲਈ ਇਹ ਟੇਢੀ ਖੀਰ ਹੁੰਦੀ ਹੈ ਕਿਉਂਕਿ ਉੱਥੇ ਬਹੁਤ ਪੀੜ ਸੀ ਪੀੜ ਦੇ ਵਿੱਚ ਉਸ ਦੇ ਜਾਣ ਤੋਂ ਪਹਿਲਾਂ ਜਿਹੜਾ ਜੋ ਹੰਗਾਮਾ ਜਾਂ ਕੋਈ ਗੱਲਬਾਤ ਹੋਈ ਹੈ ਉਹ ਵੀ ਕਿਤੇ ਵੀਡੀਓ ਇਹ ਨਹੀਂ ਆ ਸਕੀ ਅਜੇ ਤੱਕ ਵੀ ਜਿਹੜਾ ਉਪਦ੍ਰਵ ਹੈਗਾ ਜਿਹੜਾ ਲਾਲ ਕਿਲੇ ਦੇ ਵਿੱਚ ਦਿਖਾ ਰਿਹਾ ਮੀਡੀਆ ਵੀ ਨੁਕਸਾਨ ਹੋਇਆ ਉੱਥੇ ਜਿਹੜੇ ਸੀਸੀਟੀਵੀ ਕੈਮਰੇ ਸੀ ਉਹ ਤਾਂ ਹੈ ਸੀ ਉਹਨਾਂ ਦੇ ਜਿਹੜੇ ਬਾਕਸ ਸੀਗੇ ਉਹ ਪੁਲਿਸ ਨੇ ਅਜੇ ਤੱਕ ਰਿਲੀਜ਼ ਨਹੀਂ ਕੀਤੇ ਵੀ ਉੱਥੇ ਕੌਣ ਕਿਸਾਨ ਤੋੜ ਰਿਹਾ ਸੀ ਆਮ ਤੌਰ ਤੇ ਜਿਹੜੇ ਉੱਥੇ ਲੋਕੀ ਗਏ ਨੇ ਜਾਂ ਜਿੰਨੀਆਂ ਸੋਸ਼ਲ ਮੀਡੀਆ ਦੇ ਉੱਤੇ ਗੱਲਾਂ ਚੱਲੀਆਂ ਨੇ ਉਹਨਾਂ ਵਿੱਚ ਬੜਾ ਕਲੀਅਰ ਆਇਆ ਕਿ ਆਮ ਲੋਕਾਂ ਨੇ ਕੋਈ ਉੱਥੇ ਨੁਕਸਾਨ ਨਹੀਂ ਕਰਿਆ ਬਲਕਿ ਬਾਅਦ ਦੇ ਵਿੱਚ ਜਦੋਂ ਫੋਰਸ ਜ਼ਿਆਦਾ ਆਈ ਹੈ ਤੇ ਪੁਲਿਸ ਵਾਲਿਆਂ ਨੇ ਇਹ ਜਿਹੜਾ ਨੁਕਸਾਨ ਕਰਿਆ ਤਾਂ ਕਿ ਸੀਸੀਟੀਵੀ ਕੈਮਰਿਆਂ ਦੇ ਸਬੂਤ ਨਾ ਰਹਿਣ ਇਹ ਕਾਮ ਲੋਕਾਂ ਦੇ ਵਿੱਚ ਚਰਚਾ ਹੈ ਕਿ ਜਿਹਾ ਕੇਸ ਪੰਜਾਬ ਦੇ ਵਿੱਚ ਵੀ ਨਾਰਾਇਣ ਸਿੰਘ ਚੌੜਾ ਹੋਰ ਕਈਆਂ ਤੇ ਪਏ ਸੀਗੇ ਮਤਲਬ ਇਹਨਾਂ ਕੇਸਾਂ ਦੇ ਵਿੱਚ ਜਿਹੜਾ ਮਲਜ਼ਮ ਹੁੰਦਾ ਹੈ ਉਹਨੂੰ ਆਪਣੀ ਬੇਗੁਨਾਹੀ ਸਾਬਤ ਕਰਨ ਦੇ ਵਿੱਚ ਬਹੁਤ ਟਾਈਮ ਸਮਾਂ ਲੱਗ ਜਾਂਦਾ ਕਿਉਂਕਿ ਬਹੁਤ ਗੰਭੀਰ ਧਰਾਵਾਂ ਲੱਗੀਆਂ ਹੋਈਆਂ ਹੈ ਕਈ ਕਈ ਸਾਲ ਜ਼ਮਾਨਤ ਨਹੀਂ ਹੁੰਦੀ ਹਲੇ ਵੀ ਪੰਜਾਬ ਦੇ ਵਿੱਚ ਇਹ ਜਿਹੜੇ ਸਿੱਖ ਆਗੂ ਹੈਗੇ ਆ ਹਲੇ ਤੱਕ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਤੇ ਕਿਵੇਂ ਦੇਖਦੇ ਹੋ ਕਿ ਇਸ ਮਾਮਲੇ ਦੇ ਵਿੱਚ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਵੀ ਜਿਹੜੀਆਂ ਐਟ ਪ੍ਰੈਜ਼ੈਂਟ ਦੀਪ ਸਿੱਧੂ ਤੇ ਧਰਾਵਾਂ ਲਾਈਆਂ ਨੇ 395 307 ਰੋਬਰੀ ਆਰਮਸ ਐਕਟ ਇਹ ਰੁਟੀਨ ਦੀਆਂ ਨੇ ਆਮ ਲੋਕਾਂ ਤੇ ਵੀ ਇਹ ਪਰਚੇ ਹੁੰਦੇ ਨੇ ਇਹਨਾਂ ਦੇ ਵਿੱਚ ਇੱਕ ਤੇ ਯੂਏਪੀਏ ਉਹਨਾਂ ਨੇ ਕੋਈ ਨਹੀਂ ਲਿਖਾਇਆ ਤੇ ਜੇ ਯੂਏਪੀਏ ਹੈ ਤਾਂ ਉਹਦੇ ਵਿੱਚ ਜਿਹੜੀ ਆ ਬੜੀ ਦਿੱਕਤ ਆਉਂਦੀ ਹੈਗੀ ਆ ਜ਼ਮਾਨਤ ਲੈਣ ਦੇ ਵਿੱਚ ਇਹਨਾਂ ਤਰਾਮਾਂ ਦੇ ਵਿੱਚ ਫॉर द ਟਾਈਮ ਬੀਇੰਗ ਡੇਢ ਮਹੀਨੇ 2 ਮਹੀਨੇ 3 ਮਹੀਨੇ ਬਾਅਦ ਜਿਹੜੀ ਬੇਲ ਹੈ ਉਹ ਬੜੇ ਰੂਟੀਨ ਦੇ ਨਾਲ ਹੋ ਜਾਂਦੀ ਹੈ ਕਿਉਂਕਿ ਜਦੋਂ ਡਕੈਤੀ ਦੀ ਗੱਲ ਆਉਂਦੀ ਹੈ ਡਕੈਤੀ ਦੀਪ ਸਿੱਧੂ ਨੇ ਨਹੀਂ ਕੀਤੀ ਇਹ ਅਸੀਂ ਵੀ ਦੇਖਿਆ ਹੈ ਰੋਬਰੀ ਦੀ ਗੱਲ ਆਉਂਦੀ ਹੈ ਉਸੇ ਕਿਸੇ ਦੀ ਲੁੱਟਖੋ ਇਹਨਾਂ ਨੇ ਨਹੀਂ ਕੀਤੀ ਹੈਗੀ ਹੁਣ ਅਗਰ ਪੁਲਿਸ ਕਹਿ ਵੀ ਦਿੰਦੀ ਆ ਵੀ ਸਾਡੇ ਕੋਲ ਪਿਸਤੌਲ ਖੋਲੀ ਹੈ ਜੀ ਉਹ ਕੁਛ ਖੋਲੀ ਹੈ ਤਾਂ ਬੜਾ ਮੁਸ਼ਕਲ ਹੋਏਗਾ ਟੀਡੀ ਖੀਰ ਸਾਬਤ ਹੋਏਗੀ ਜਿਹੜੀ ਜ਼ਮਾਨਤ ਹੈਗੀ ਆ ਤਿੰਨ ਹੀ 6 ਮਹੀਨੇ ਚ ਮਿਲ ਜਾਏਗੀ 6 ਨਹੀਂ 7 ਚ ਮਿਲ ਜਾਏਗੀ ਐਡੀ ਕੋਈ ਗੱਲ ਨਹੀਂ ਅਗਰ ਯੂਏਪੀ ਲੱਗਦਾ ਹੈਗਾ ਤਾਂ ਉਹਦੇ ਵਿੱਚ ਥੋੜਾ ਜਿਹਾ ਦਿੱਕਤ ਵਾਲੀ ਗੱਲ ਹੈਗੀ ਆ ਕਿਵੇਂ ਦੇਖਦੇ ਹੋ ਕਿ ਦੀਪ ਸਿੱਧੂ ਨੂੰ ਸਿਰਫ ਇਸ ਐਫਆਈਆਰ ਦੇ ਵਿੱਚ ਅਰੈਸਟ ਕੀਤਾ ਗਿਆ ਕਿਉਂਕਿ ਹੋਰ ਵੀ ਕਈ ਯੂਏਪੀ ਵਾਲੀਆਂ ਵੀ ਕਾਫੀ ਜੜੀਆਂ ਐਫਆਈਆਰ ਦਰਜ ਹੋਈਆਂ ਕਿੱਥੇ ਤਾਂ ਨਹੀਂ ਉਹਨਾਂ ਦੇ ਵਿੱਚ ਵੀ ਦੀਪ ਸਿੱਧੂ ਦਾ ਨਾਮ ਹੋ ਸਕਦਾ ਹੈ ਹੋ ਸਕਦਾ ਉਹਨਾਂ ਦੇ ਵਿੱਚ ਵੀ ਜਦ ਹੀ ਹੈਗੀ ਆ ਅੱਗੇ ਤਾਂ ਦਿੱਕਤ ਆ ਸਕਦੀ ਦੀਪ ਸਿੱਧੂ ਲੇਖੋ ਹੁਣ ਇਹ ਜਾਂਚ ਏਜੰਸੀਆਂ ਦੇ ਉੱਤੇ ਬਹੁਤ ਕੁਝ ਨਿਰਭਰ ਕਰਦਾ ਹੈ ਜੇ ਤਾਂ ਜਾਂਚ ਏਜੰਸੀਆਂ ਫ੍ਰੀ ਐਂਡ ਫੇਅਰ ਜਾਂਚ ਕਰਨਗੀਆਂ ਬਿਨਾਂ ਕਿਸੇ ਦਬਾਉਤੋਂ ਕਰਨਗੀਆਂ ਉਹਨਾਂ ਦੀ ਐਟਰੀਬਿਊਸ਼ਨ ਕਿੱਥੇ ਤੱਕ ਸੀਮਤ ਹੈਗੀ ਹੈ ਹੁਣ ਜੇ ਕਹੀਆਂ ਵਿੱਚ ਯੂਪੀਏ ਲਾਇਆ ਐਕਟ ਹੈਗਾ ਉਹਦੇ ਵਿੱਚ ਇਹਦਾ ਕੀ ਰੋਲ ਹੈ ਕੀ ਨਹੀਂ ਰੋਲ ਹੈਗਾ ਇਹ ਬੜੀ ਟੇਢੀ ਖੀਰ ਹੈਗੀ ਆ ਜਿਵੇਂ ਜਿਵੇਂ ਪ੍ਰੋਸੈਸ ਲੀਗਲ ਪ੍ਰੋਸੈਸ ਅੱਗੇ ਚੱਲੇਗਾ ਤਾਂ ਜਾਂਚ ਏਜੰਸੀਆਂ ਇਹ ਜ਼ਰੂਰ ਕਲੀਅਰ ਕਰਦੀਆਂ ਜਾਣਗੀਆਂ ਦੂਸਰਾ ਸਭ ਤੋਂ ਵੱਡੀ ਜਿਹੜੀ ਗੱਲ ਹੈ ਮੈਂ ਇਹ ਦੱਸਣੀ ਚਾਹੁੰਦਾ ਵੀ ਆਮ ਤੌਰ ਤੇ ਅਸੀਂ ਦੇਖਿਆ ਕਿ ਰੂਟੀਨ ਦੇ ਵਿੱਚ ਜਦੋਂ ਕਿਸੇ ਤੇ ਮੁਕੱਦਮਾ ਹੁੰਦਾ ਜਾਂ ਕੁਝ ਹੁੰਦਾ ਹੈ ਕੋਈ ਪੁਲਿਸ ਕਾਰਵਾਈ ਕਰਦੀ ਆ ਉਹ ਪਹਿਲਾ ਵਿਅਕਤੀ ਵਿਅਕਤੀ ਨਿੱਜੀ ਤੌਰ ਤੇ ਘਬਰਾ ਜਾਂਦਾ ਜਦੋਂ ਜੇਲ੍ਹ ਦੇ ਵਿੱਚ ਚਲੇ ਜਾਂਦਾ ਤਾਂ ਲਗਭਗ ਉਹ ਸਾਰਾ ਕੁਝ ਭੁੱਲ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਦਾ ਜਿਹੜਾ ਪ੍ਰੋਸੈਸ ਹੈਗਾ ਉਹ ਬੜਾ ਕਠਿਨ ਹੁੰਦਾ ਹੈਗਾ ਪੁਲਿਸ ਦੇ ਲਈ ਸਭ ਤੋਂ ਜ਼ਿਆਦਾ ਕਠਿਨ ਹੁੰਦਾ ਹੈਗਾ ਕੋਰਟ ਦੇ ਵਿੱਚ ਸਚਾਈ ਨੂੰ ਪ੍ਰੂਵ ਕਰਨਾ ਔਰ ਜੋ ਅਫੈਂਸ ਲੈ ਕੇ ਆਏ ਨੇ ਉਹਨਾਂ ਨੂੰ ਪ੍ਰੂਵ ਕਰਨਾ ਇਹ ਬਹੁਤ ਟਿੱਡੀ ਖੀਰ ਹੁੰਦੀ ਆ ਅਦਾਲਤਾਂ ਦੇ ਵਿੱਚ ਅਸੀਂ ਦੇਖਿਆ ਕਿ ਲਾਕ ਲੈਕ ਆਫ ਐਵੀਡੈਂਸ ਔਰ ਜਿਹੜੀ ਇਨਵੈਸਟੀਗੇਸ਼ਨ ਏਜੰਸੀਆਂ ਹੈਗੀਆਂ ਨੇ ਉਹ ਕੋਈ ਏਜੰਸੀਆਂ ਇਨਵੈਸਟੀਗੇਸ਼ਨ ਪੂਰੀ ਨਹੀਂ ਕਰ ਪਾਉਂਦੀਆਂ ਔਰ ਦੂਸਰੀ ਗੱਲ ਮੰਨ ਅਗਰ ਉਹਨਾਂ ਦੇ ਦੇਸ਼ ਧਰੋਦਾ ਵੀ ਪਰਚਾ ਹੁੰਦਾ ਹੈ 124 ਇਹ ਉਹਨਾਂ ਤੇ ਲਗਾਈ ਜਾਂਦੀ ਹੈ ਜਾਂ ਐਡੀਸ਼ਨ ਕਰਿਆ ਜਾਂਦਾ ਹੈਗਾ ਉਹਦੇ ਵਿੱਚ ਧਾਰਾ ਦੇ ਵਿੱਚ ਤਾਂ ਉਹ ਸਭ ਤੋਂ ਵੱਡੀ ਟੈਡੀ ਖੀਰ ਹੋਏਗੀ ਕਿਉਂਕਿ ਉਹਦੇ ਲਈ ਸੀਨਾ ਨੂੰ ਸਟੇਟ ਗਵਰਨਮੈਂਟ ਦੀ ਪਰਮਿਸ਼ਨ ਚਾਹੀਦੀ ਹੁੰਦੀ ਹੈ ਤੇ ਉਹ ਕਈ ਵਾਰੀ ਅਸੀਂ ਦੇਖਿਆ ਵੀ ਸਟੇਟ ਗਵਰਨਮੈਂਟ ਪਰਮਿਸ਼ਨ ਨਹੀਂ ਦਿੰਦੀਆਂ ਕਿਉਂਕਿ ਉੱਥੇ ਅਗਰ ਅਸੀਂ ਦੇਖਿਆ ਜਾਵੇ ਦੇਸ਼த்ਰੋਹੀ ਧਾਰਾ ਬਹੁਤ ਮਤਲਬ ਖਤਰਨਾਕ ਕਹਿ ਸਕਦੇ ਹਾਂ ਅਸੀਂ ਉਹ ਧਾਰਾ ਨੂੰ ਸਿੱਧੇ ਭਾਸ਼ਾ ਦੇ ਵਿੱਚ ਲੇਕਿਨ ਸੁਪਰੀਮ ਕੋਰਟ ਨੇ ਕਈ ਜੱਜਮੈਂਟਾਂ ਦੇ ਵਿੱਚ ਕਿਹਾ ਹੈਗਾ ਕਿ ਐਦਾਂ ਦੀ ਇਹ ਬਹੁਤ ਸੀਰੀਅਸ ਮੈਟਰ ਹੈਗਾ ਜਦੋਂ ਉੱਥੇ ਲਾਉਣਾ ਹੈਗਾ ਇਹ ਦੇਸ਼ದ್ರੋਹੀ ਦੀ ਜਿਹੜੀ ਧਾਰਾ ਲੱਗਣੀ ਹੈਗੀ ਆ ਐਦਾਂ ਦਾ ਕੋਈ ਗੱਲ ਬਾਤ ਵਿਵਾਦ ਥਰੋਅਆਊਟ ਅਸੀਂ ਉਤੇ ਜਿੰਨੀਆਂ ਵੀਡੀਓ ਕਲਿੱਪਸ ਦੇਖੀਆਂ ਹੈਗੀਆਂ ਨੇ ਸੋਸ਼ਲ ਮੀਡੀਆ ਤੇ ਕਿਤੇ ਉਹਨਾਂ ਦੇਸ਼ ਤੋੜਨ ਵਾਲੀ ਕੋਈ ਗੱਲ ਹੈ ਨਹੀਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਭਈ ਉਹ ਬਹੁਤ ਲੰਮਾ ਸਮਾਂ ਜੇਲ੍ਹ 'ਚ ਰਹੇਗਾ ਜੇ ਇਸ ਐਫਆਈਆਰ ਦੇ ਵਿੱਚ ਰਿਹਾ ਅਗਰ ਯੂਏਪੀਏ ਲੱਗਦਾ ਹੈ ਤਾਂ ਥੋੜਾ ਸਮਾਂ ਲੱਗੇਗਾ ਤੁਸੀਂ ਕਹਿੰਦੇ ਅਜਿਹੇ ਕੇਸਾਂ ਦੇ ਵਿੱਚ ਪੁਲਿਸ ਨੂੰ ਜਿਹੜਾ ਹੈਗਾ ਸਚਾਈ ਪੇਸ਼ ਕਰਨੀ ਬੜੀ ਔਖੀ ਹੁੰਦੀ ਹੈ ਕਿਉਂਕਿ ਜਿਹੜੇ ਹਵਾ ਦੇ ਵਿੱਚ ਕੇਸ ਹ ਮਨ ਲਓ ਅਗਰ ਪੁਲਿਸ ਸਚਾਈ ਜਿਹੜੀ ਹੈਗੀ ਆ ਜਾਂ ਜਿਹੜੇ ਤਰਾਮਾ ਲਾਈਆਂ ਉਹਨਾਂ ਨੂੰ ਸਾਬਤ ਕਰਨ ਦੇ ਵਿੱਚ ਜਿਹੜੀ ਹੈਗੀ ਆ ਉਹਨਾਂ ਨੂੰ ਸੱਚਾ ਸਾਬਤ ਕਰਨ ਦੇ ਵਿੱਚ ਸਫਲ ਹੁੰਦੀ ਆ ਫਿਰ ਕੀ ਸਜ਼ਾ ਹੋ ਸਕਦੀ ਹੈ ਕਿੰਨੇ ਸਾਲ ਦੀ ਸਜ਼ਾ ਹੋ ਸਕਦੀ ਹੈ ਦੀਪ ਸਿੱਧੂ ਨੂੰ ਅਗਰ ਜਿੰਨੀਆਂ ਐਫ ਆਈ ਆਰ ਦੇ ਵਿੱਚ ਤਰਾਮਾ ਲਾਈਆਂ ਨੇ ਉਹ ਉਹਨਾਂ ਦੇ ਵਿੱਚ ਕਨਵਿਕਟ ਹੁੰਦਾ ਹੈਗਾ ਤਾਂ ਵੀ ਕੋਈ ਬਹੁਤ ਵੱਡੀ ਗੱਲ ਨਹੀਂ 7 ਤੋਂ 10 ਸਾਲ ਫਿਰ ਉਹਦਾ ਪ੍ਰੀਵੀਅਸ ਰਿਕਾਰਡ ਦੇਖਿਆ ਜਾਂਦਾ ਹੈਗਾ ਤੇ ਨੇਚਰ ਆਫ ਆਫੈਂਸ ਆ ਜਿਹੜੀ ਉਹਦੇ ਨਾਲ ਉਸ ਤੋਂ ਬਾਅਦ ਨੁਕਸਾਨ ਕਿਸੇ ਦਾ ਕੀ ਹੋਇਆ ਮੈਂ ਇਹ ਦੇਖਿਆ ਵੀ ਉੱਥੇ ਆਮ ਤੌਰ ਤੇ ਕਿਸੇ ਦਾ ਕੋਈ ਬਹੁਤਾ ਵੱਡਾ ਨੁਕਸਾਨ ਨਹੀਂ ਹੋਇਆ ਕਿਸੇ ਦੀ ਮੌਤ ਨਹੀਂ ਹੋਈ ਕਿਸੇ ਦੇ ਹੱਥ ਬਾਹ ਪੈਰ ਅਲੱਗ ਵੱਡਿਆ ਨਹੀਂ ਗਿਆ ਇਦਾਂ ਦਾ ਕੋਈ ਗੱਲ ਨਹੀਂ ਔਰ ਦੀਪ ਸਿੱਧੂ ਦੀ ਐਟਰੀਬਿਊਸ਼ਨ ਜਿਹੜੀ ਹੈ ਉਹ ਜਿਹੜੀ ਕੀ ਕਹਿੰਦੇ ਆ ਹਿੰਸਾ ਦੇ ਵਿੱਚ ਕੋਈ ਹੈ ਨਹੀਂ ਇਹ ਬੜਾ ਸਪਸ਼ਟ ਹੈਗਾ ਪਰ ਸਭ ਤੋਂ ਵੱਡੀ ਗੱਲ ਹੈ ਕਿ ਅੰਦੋਲਨ ਸੀ ਜਿਹੜਾ ਹੋ ਸਕਦਾ ਉਹਦੇ ਅੰਦੋਲਨਕਾਰੀਆਂ ਦੇ ਨਾਲ ਵੱਖਰੇਵੇਂ ਹੋਣ ਉਹ ਆਪਣਾ ਅਲੱਗ ਏਜੰਡਾ ਲੈ ਕੇ ਚੱਲਦਾ ਹੋਵੇ ਉਸ ਉੱਤੇ ਉਨਜੀ ਤੌਰ ਤੇ ਅੰਦੋਲਨ ਨੂੰ ਜਿਹੜਾ ਕਾਫੀ ਫਰਕ ਪਿਆ ਸੀਗਾ ਕਿਵੇਂ ਦੇਖਦੇ ਹੋ ਕਿ ਹੁਣ ਵੀ ਕਿਸਾਨ ਜਥੇਬੰਦੀਆਂ ਇਹਨਾਂ ਦੇ ਵਿਰੋਧ ਦੇ ਵਿੱਚ ਕਾਫੀ ਲੋਕ ਹੱਕ ਦੇ ਵਿੱਚ ਵੀ ਹੈਗੇ ਦੀਪ ਸਿੱਧੂ ਦੇ ਅਸੀਂ ਵੀਡੀਓਜ਼ ਦੇਖ ਰਹੇ ਸੀਗੇ ਕਾਫੀ ਲੋਕ ਹੱਕ ਦੇ ਵਿੱਚ ਵੀ ਆਏ ਆ ਕਿਵੇਂ ਦੇਖਦੇ ਹੋ ਕਿ ਆਸਮਾਨ ਜਿਵੇਂ ਫੁੱਟ ਨਜ਼ਰ ਆ ਰਹੀ ਹੈ ਇਸ ਦਾ ਫਾਇਦਾ ਜਿਹੜਾ ਹੈਗਾ ਸਰਕਾਰ ਲੈ ਸਕਦੀ ਹੈ ਦੋਨੇ ਦੋਨਾਂ ਦੇ ਵਿਚਕਾਰ ਫੁੱਟ ਪਈ ਆ ਕਿਤਨੇ ਕਿਤੇ ਇਹਨਾਂ ਦਾ ਕੀ ਮਾੜੇ ਪ੍ਰਭਾਵ ਜਿਹੜੇ ਹੈਗੇ ਆ ਸੰਘਰਸ਼ ਦੇ ਉੱਤੇ ਪੈ ਸਕਦੇ ਦੇਖੋ ਇਹ ਬੜਾ ਸਪਸ਼ਟ ਸੀਗਾ ਕਿ ਜਦੋਂ ਤੋਂ ਅੰਦੋਲਨ ਚੱਲਿਆ ਹੈ ਤਾਂ ਕਿਤੇ ਨਾ ਕਿਤੇ ਦੀਪ ਸਿੱਧੂ ਹੋਰਾਂ ਦੀ ਲਾਈਨ ਔਰ ਉਹਨਾਂ ਦੀਆਂ ਮੰਗਾਂ ਉਹ ਪੰਜਾਬ ਦੇ ਫੈਡਰਲ ਢਾਂਚੇ ਨੂੰ ਡਿਵੈਲਪ ਕਰਨ ਦੇ ਸੰਬੰਧੀ ਸਿਗੀਆਂ ਸਟੇਟ ਔਰ ਸੈਂਟਰ ਦੇ ਰਿਲੇਸ਼ਨ ਸੰਬੰਧੀ ਸਿਗੀਆਂ ਇਹ ਕੁਝ ਹੋਰ ਵੀ ਉਹਨਾਂ ਨੇ ਮੁੱਦੇ ਉਠਾਏ ਸੀ ਪਰ ਕਿਸਾਨ ਜਥੇਬੰਦੀ ਦਾ ਜਿਹੜਾ ਸੰਕਲਪ ਸੀਗਾ ਉਹ ਸਿਰਫ ਤੇ ਸਿਰਫ ਕਾਨੂੰਨੀ ਜਿਹੜੇ ਤਿੰਨ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਵਾਉਣਾ ਹੀ ਸੀਗਾ ਤੇ ਵਖਰੇਵੇਂ ਇਹਨਾਂ ਦੇ ਪਹਿਲਾਂ ਤੋਂ ਹੀ ਸੀ ਪਹਿਲਾਂ ਤੋਂ ਇਹ ਸੀ ਵੀ ਸਰਕਾਰ ਦੀ ਪੂਰੀ ਨੌਲੇਜ ਵਿੱਚ ਸੀਗੀ ਇਹ ਗੱਲ ਸਰਕਾਰ ਨੇ ਜਿਹੜੀ ਪ੍ਰੀਪਲਾਂਟ ਕਮ ਸੀਗਾ ਇਹਨਾਂ ਨੂੰ ਡਾਇਵਰਟ ਕਰਕੇ ਲੌਲੀਪੌਪ ਦੇ ਕੇ ਪ੍ਰੇਡ ਦਾ ਉਹਦੇ ਵਿੱਚ ਉਹਨਾਂ ਨੇ ਜਿਹੜੀ ਥੋੜੀ ਬਹੁਤੀ ਹਿੰਸਾ ਝਟਕਾ ਕੇ ਜਿਹੜਾ মিডিਆ ਪ੍ਰਕਿਊਰ ਕੀਤਾ ਹੋਇਆ ਸੀਗਾ ਉਹ ਸਰਕਾਰ ਉਸ ਵਿੱਚ ਕਾਫੀ ਹੱਦ ਤੱਕ ਸਫਲ ਹੋਈ ਆ ਪਰ 26 ਜਨਵਰੀ ਤੋਂ ਬਾਅਦ ਜਾਂ ਜਦੋਂ ਟਕੈਤ ਇਨਸੀਡੈਂਟ ਹੁੰਦਾ ਉਸ ਤੋਂ ਬਾਅਦ ਸਾਰੇ ਬੰਦੇ ਯੂਨਾਈਟਿਡ ਨੇ ਇਹ ਜ਼ਰੂਰ ਹੈ ਵੀ ਕਿਸਾਨੀ ਮੁੱਦਿਆਂ ਦੇ ਨਾਲ ਨਾਲ ਇਹ ਮੁੱਦਾ ਵੀ ਹੁਣ ਪਾਰੀ ਹੋ ਗਿਆ ਵੀ ਜਦੋਂ ਤੱਕ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਵਿਅਕਤੀ ਨੇ ਜਦੋਂ ਤੱਕ ਉਹ ਨਹੀਂ ਛੱਡੇ ਜਾਂਦੇ ਉਦੋਂ ਤੱਕ ਕੋਈ ਗੱਲਬਾਤ ਕਿਸਾਨਾਂ ਵੱਲੋਂ ਨਹੀਂ ਕੀਤੀ ਜਾਵੇਗੀ ਇਹ ਰਕੇਸ਼ ਟਕੈਤ ਜੀ ਨੇ ਵੀ ਆਪਣੀ ਸਟੇਜ ਤੋਂ ਕਿਹਾ ਹੈਗਾ ਔਰ ਸੰਯੁਕਤ ਮੋਰਚੇ ਦੇ ਉਹਨਾਂ ਨੇ ਲੀਡਰਾਂ ਨੇ ਵੀ ਕਿਹਾ ਹੈਗਾ ਹੁਣ ਦੂਸਰੀ ਗੱਲ ਇਹ ਹੈ ਵੀ ਸੰਯੁਕਤ ਮੋਰਚੇ ਦੇ ਜਿਹੜੇ ਲੀਡਰ ਨੇ ਉਹ ਇਸ ਤੋਂ ਦੂਰੀ ਬਣਾ ਕੇ ਚੱਲਦੇ ਨੇ ਉਹਦੇ ਪਿੱਛੇ ਕਈ ਡਿਪਲੋਮੈਟਿਕ ਕਾਰਨ ਵੀ ਹੁੰਦੇ ਨੇ ਜੇਕਰ ਅਸੀਂ ਸਿੱਧੀ ਇਹਨਾਂ ਦੀ ਸਪੋਰਟ ਕਰਦਾ ਸੀ ਕਿ ਤੁਮੋਰਤਾ ਤਾਂ ਹੋ ਸਕਦਾ ਹੈ ਹਰਿਆਣਾ ਯੂਪੀ ਆ ਰਾਜਸਥਾਨ ਸਾਡੀ ਸਪੋਰਟ 'ਚ ਨਾ ਖੜਦਾ ਜੇ ਉਹਨਾਂ ਨੇ ਡਿਪਲੋਮੈਟਿਕ ਕੋਈ ਬਿਆਨ ਵੀ ਦਿੱਤਾ ਹੈਗਾ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਸੰਘਰਸ਼ ਦੇ ਬਹੁਤ ਰਾਹ ਹੁੰਦੇ ਨੇ ਲੇਕਿਨ ਨਿਸ਼ਾਨਾ ਸਿਰਫ ਜਿੱਤਦਾ ਚਾਹੀਦਾ ਤੇ ਜੇਕਰ ਕੋਈ ਵਿਅਕਤੀ ਕਿਸੇ ਦੇ ਖਿਲਾਫ ਚੰਤਕ ਤੌਰ ਤੇ ਸਟੇਜ ਤੋਂ ਬਿਆਨ ਵੀ ਦਿੰਦਾ ਹੈਗਾ ਤਾਂ ਉਹ ਬੜੀ ਸੋਚ ਸਮਝ ਕੇ ਰਣਨੀਤੀ ਨਾਲ ਦਿੰਦਾ ਹੈ ਉਹਨੂੰ ਆਮ ਜਨਤਾ ਨੂੰ ਉਹਦੇ ਪ੍ਰਤੀ ਕੋਈ ਗਲਤ ਸ਼ਬਦਾਵਲੀ ਜਾਂ ਉਹਨੂੰ ਭੈੜੀ ਨਿਗਾ ਨਾਲ ਨਹੀਂ ਦੇਖਣਾ ਚਾਹੀਦਾ ਕਿਉਂਕਿ ਬਹੁਤ ਵੱਡੇ ਡਿਪਲੋਮੈਟਿਕ ਕਾਰਨ ਹੈ ਸਾਡੀ ਲੜਾਈ ਸਰਕਾਰਾਂ ਨਾਲ ਹੈ ਸਰਕਾਰਾਂ ਦੇ ਉਹਨਾਂ ਢਾਂਚਿਆਂ ਦੇ ਨਾਲ ਹੈ ਜਿਨ੍ਹਾਂ ਦੇ ਕੋਲ ਬਹੁਤ ਕੁਝ ਆਮ ਜਨਤਾ ਨੂੰ ਤਹਸਨੈਸ ਕਰਨ ਦੇ ਲਈ ਹੁੰਦਾ ਕਮਲ ਜੀ ਇੱਕ ਚਰਚਾ ਹੋਰ ਵੀ ਹੈ ਜਿਵੇਂ ਪੰਜਾਬ ਦੇ ਵਿੱਚ ਅੰਦੋਲਨ ਉੱਠਿਆ ਸੀ ਕਿਸਾਨੀ ਨੂੰ ਲੈ ਕੇ ਪੂਰਾ ਪੰਜਾਬ ਪੂਰਾ ਜਿਹੜੇ ਅਗੇ ਵਿਦੇਸ਼ਾਂ ਦੇ ਵਿੱਚ ਵੱਸਦੇ ਪੰਜਾਬੀ ਆਮ ਲੋਕ ਇਸ ਸੰਘਰਸ਼ ਦੇ ਨਾਲ ਜੁੜੇ ਸੀ ਮੀਡੀਆ ਵੱਲੋਂ ਵੀ ਬਹੁਤ ਵੱਡੀ ਕਵਰੇਜ ਜਿਹੜੀ ਹੈਗੀ ਆ ਇਸ ਸੰਘਰਸ਼ ਨੂੰ ਦਿੱਤੀ ਗਈ ਚਰਚਾ ਕਿਤਨੇ ਕਿਤੇ ਆ ਰਹੀ ਹੈ ਕਿ ਦੀਪ ਸਿੱਧੂ ਨੇ ਇਹ ਪਲੇਟਫਾਰਮ ਨੂੰ ਆਪਣੇ ਜਿਹੜੀ ਹੈਗੀ ਸਿਆਸੀ ਹਿੱਤਾਂ ਵਾਸਤੇ ਵਰਤਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਵਿੱਚ ਇਹ ਮੀਡੀਆ ਨੂੰ ਜਾਂ ਲੋਕਾਂ ਦੀ ਹਮਦਰਦੀ ਨੂੰ ਜਿਹੜਾ ਹੈਗਾ ਲੈ ਕੇ ਇੱਕ ਆਪਣੀ ਅਲੱਗ ਸਰਕਾਰ ਬਣਾ ਕੇ ਜਿਹੜਾ ਹੈਗਾ ਆਇਆ ਜਾਵੇ ਨਹੀਂ ਦੇਖੋ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਕਿਹਾ ਵੀ ਜਦੋਂ ਤੋਂ ਅੰਦੋਲਨ ਉਠਾਇਆ ਉਹ ਤੋਂ ਦੀਪ ਸਿੱਧੂ ਇੱਕ ਡਿਫਰੈਂਟ ਲਾਈਨ ਤੇ ਟਰੈਕ ਤੇ ਕੰਮ ਕਰਦਾ ਸੀਗਾ ਉਹਦੀ ਰਾਜਨੀਤਿਕ ਮਤਭਾਅ ਕਿਹ ਹੋ ਸਕਦੀ ਹੈ ਹਰ ਵਿਅਕਤੀ ਰਾਜਨੀਤੀ ਦੇ ਵਿੱਚ ਆਪਣੇ ਆਪ ਨੂੰ ਚਾਹੁੰਦਾ ਹੈ ਤੇ ਜਦੋਂ ਕਿਤੇ ਨਾ ਕਿਤੇ ਸਰਕਾਰ ਦੇ ਹੱਥ ਚੜ ਜਾਂਦਾ ਵਿਅਕਤੀ ਵਿਅਕਤੀ ਨੂੰ ਖੁਦ ਨਹੀਂ ਪਤਾ ਲੱਗਦਾ ਕਿ ਮੈਂ ਸਰਕਾਰ ਦੇ ਹੱਥ ਚੜ੍ਹ ਗਿਆ ਕਿਉਂਕਿ ਵਿੱਚ ਬੈਰੀਗੇਡ ਇਦਾਂ ਦੇ ਹੁੰਦੇ ਨੇ ਕਿ ਇੱਕ ਬੈਰੀਗੇਡ ਤੋਂ ਦੂਸਰੇ ਬੈਰੀਗੇਡ ਦਾ ਅੰਤਰ ਵਿਅਕਤੀ ਸਮਝ ਨਹੀਂ ਆਉਂਦਾ ਤੇ ਉਹਨੂੰ ਲੱਗਦਾ ਹੈ ਵੀ ਸ਼ਾਇਦ ਮੈਂ ਇੰਡੀਵਿਜੂਅਲੀ ਸਭ ਕੁਝ ਕਰ ਰਿਹਾ ਹਾਂ ਪਰ ਉਹਦੇ ਪਿੱਛੇ ਸਰਕਾਰ ਦਾ ਕਾਫੀ ਵੱਡਾ ਹੱਥ ਹੁੰਦਾ ਹੈਗਾ ਔਰ ਭਾਜਪਾ ਦੇ ਖਾਸ ਕਰ ਜਦੋਂ ਤੋਂ ਅਲਾਈਂਸ ਟੁੱਟਿਆ ਸੀਗਾ ਇਹਦਾ ਅਕਾਲੀ ਦਲ ਦੇ ਨਾਲ ਤਾਂ ਭਾਜਪਾ ਨੂੰ ਵੀ ਪੰਜਾਬ ਦੇ ਵਿੱਚ ਕੁਛ ਨਾ ਕੁਛ ਫੇਸ ਜਿਹੜੇ ਚਾਹੀਦੇ ਸੀਗੇ ਉਹ ਵੀ ਅਕਾਲੀ ਦਲ ਨਾਲੋਂ ਜਾਂ ਕਾਂਗਰਸ ਨਾਲੋਂ ਜਾਂ ਝਾੜੂ ਦੇ ਨਾਲੋਂ ਆਮ ਆਦਮੀ ਪਾਰਟੀ ਦੇ ਨਾਲ ਕੁਛ ਨਾ ਕੁਛ ਇੱਕ ਵੱਖਰਾ ਸੀਗਮੈਂਟ ਖੜਾ ਕਰਕੇ ਜਿਹੜਾ ਉਹਦੇ ਨਾਲ ਨਹੀਂ ਜੁੜ ਸਕਦਾ ਕਿਸੇ ਹੋਰ ਮੁੱਦਿਆਂ ਤੇ ਜੁੜ ਸਕਦਾ ਸੀਗਾ ਉਹਨਾਂ ਦੀਆਂ ਰਣਨੀਤੀਆਂ ਹੁੰਦੀਆਂ ਨੇ ਰਾਸੀ ਸ਼ਾਇਦ ਉਹਦੇ ਵਿੱਚ ਕਿਤੇ ਨਾ ਕਿਤੇ ਦੀਪ ਸਿੱਧੂ ਸ਼ਾਮਿਲ ਸੀ ਜਾਂ ਦੀਪ ਸਿੱਧੂ ਨੂੰ ਉਹਨਾਂ ਨੇ ਯੂਜ਼ ਕਰਿਆ ਫਿਰਦੀਪ ਸਿੱਧੂ ਦੀ ਮਹੱਤਵ ਕਾਂਗਸ਼ਾ ਸੀ ਮੈਂ ਇਲੈਕਸ਼ਨ ਵੀ ਲੜਨੇ ਆ ਮੈਂ ਫਰੰਟ ਬਣਾਉਣਾ ਹੈ ਆਪਣਾ ਕੁਝ ਬਣਾਉਣਾ ਉਹ ਹਰ ਇੰਡੀਵਿਜੂਅਲ ਦਾ ਰਾਈਟ ਹੈ ਉਹ ਬਣਾ ਵੀ ਸਕਦਾ ਦੇਖੋ ਐਨਆਰਆਈ ਨੂੰ ਪਹਿਲਾਂ ਆਮ ਆਦਮੀ ਪਾਰਟੀ ਨੇ ਵੀ ਯੂਜ਼ ਕੀਤਾ ਅਕਾਲੀ ਦਲ ਵੀ ਕਰਦਾ ਰਿਹਾ ਕਾਂਗਰਸ ਵੀ ਕਰਦੀ ਰਹੀ ਹੈ ਅਗਰ ਦੀਪ ਸਿੱਧੂ ਨੇ ਵੀ ਕਰ ਲਿਆ ਤੇ ਉਹਨਾਂ ਦਾ ਸਮਰਥਨ ਲੈ ਲਿਆ ਤਾਂ ਇਹਦੇ ਵਿੱਚ ਕੋਈ ਆਫੈਂਸ ਵਾਲੀ ਕੋਈ ਗੱਲ ਹੈ ਨਹੀਂ ਦੀਪ ਸਿੱਧੂ ਦੇਤੇ ਲਗਾਤਾਰ ਇਲਜ਼ਾਮ ਲੱਗ ਰਹੇ ਆ ਕਿ ਇਹ ਸਿਆਸੀ ਜਿਹੜਾ ਹੈਗਾ ਸਿਆਸੀ ਤੌਰ ਤੇ ਉਹਨੂੰ ਛੱਡਿਆ ਗਿਆ ਸਰਕਾਰ ਦਾ ਮੋਹਰਾ ਹੈ ਅੰਦੋਲਨ ਖਰਾਬ ਕਰਨ ਦੇ ਲਈ ਦੀਪ ਸਿੱਧੂ ਲਗਾਤਾਰ ਵੀਡੀਓ ਪਾਪਾ ਕੇ ਕਹਿ ਰਿਹਾ ਸੀ ਕਿ ਮੈਂ ਲੋਕਾਂ ਦੇ ਨਾਲ ਆ ਸੀ ਬਿਲਕੁਲ ਮੇਰਾ ਕੋਈ ਲੈਣਾ ਦੇਣਾ ਨਹੀਂ ਆ ਕਿਸਾਨ ਜਥੇਬੰਦੀਆਂ ਵੀ ਉਸਤੇ આરોਪ ਲਗਾ ਰਹੀਆਂ ਸੀਗੇ ਤੁਸੀਂ ਵੀ ਲਗਾਤਾਰ ਸੰਘਰਸ਼ ਦੇ ਵਿੱਚ ਜਾਂਦੇ ਰਹੋ ਭਾਸ਼ਣ ਸੁਣਦੇ ਰਹੋ ਸੋਸ਼ਲ ਮੀਡੀਆ ਤੇ ਤੁਸੀਂ ਇਹਨਾਂ ਦੀ ਸਾਰੀ ਵੀਡੀਓ ਸੁਣੀਆ ਤੁਸੀਂ ਤੁਹਾਡਾ ਨਿੱਜੀ ਤੌਰ ਤੇ ਕੀ ਤਜਰਬਾ ਕਹਿੰਦਾ ਕੀ ਵਾਕਏ ਜਿਹੜਾ ਹੈਗਾ ਜਿਸ ਤਾਂ ਕਿਸਾਨ ਜਥੇਬੰਦੀਆਂ ਦੋਸ਼ ਲਾ ਰਹੀਆਂ ਦੀਪ ਸਿੱਧੂ ਤੇ ਕਿ ਸਰਕਾਰ ਦਾ ਮੂਰਾ ਅੰਦੋਲਨ ਖਰਾਬ ਕਰਨ ਵਾਸਤੇ ਛੱਡਿਆ ਗਿਆ ਸੀਗਾ ਜਾਂ ਦੀਪ ਸਿੱਧੂ ਕਹਿ ਰਹੇ ਮੈਂ ਬੇਕਸੂਰ ਆ ਜਾਂ ਲੋਕ ਕਹਿ ਰਹੇ ਆ ਕਿ ਹਾਂ ਬਹੁਤ ਵਧੀਆ ਕਰਿਆ ਨੇ ਨਿਸ਼ਾਨ ਸਾਹਿਬ ਚੜਾ ਕੇ ਸਿੱਖੀ ਨੂੰ ਉੱਤੇ ਚੱਕਿਆ ਤੁਹਾਡਾ ਨਿੱਜੀ ਤਜਰਬਾ ਕੀ ਕਹਿੰਦਾ ਕਿਵੇਂ ਦੇਖਦੇ ਹੋ ਦੇਖੋ ਮੈਂ ਖੁਦ ਕਿਸਾਨੀ ਪਰਿਵਾਰ ਚੋਂ ਆ ਤੇ ਕਿਸਾਨ ਅੰਦੋਲਨ ਦੇ ਵਿੱਚ ਅਸੀਂ ਵੀ ਜਾਂਦੇ ਰਹੇ ਹਾਂ ਲਾਅ ਨੂੰ ਬ੍ਰੀਕੀ ਦੇ ਨਾਲ ਸਟੱਡੀ ਕਰਿਆ ਹੈ ਤੇ ਇਸ ਸੰਘਰਸ਼ ਨੂੰ ਵੀ ਦੇਖਿਆ ਹੈ ਡੇ ਫਰਸਟ ਤੋਂ ਜਿਹੜਾ ਕਿਸਾਨ ਜਥੇਬੰਦੀਆਂ ਜਾਂ ਕਿਸਾਨਾਂ ਦੇ ਨਾਲ ਹੋਰ ਆਵਾਮ ਜੁੜਿਆ ਸੀ ਉਹਦਾ ਨਿਸ਼ਾਨਾ ਸਿਰਫ ਤੇ ਸਿਰਫ ਕਾਲੇ ਕਾਨੂੰਨ ਰੱਦ ਕਰਵਾਉਣਾ ਸੀ ਜਾਂ ਜਿਹੜੇ ਹੋਰ ਐਕਟ ਬਿਜਲੀ ਐਕਟ ਲੈ ਕੇ ਆਉਣਾ ਚਾਹੁੰਦੇ ਸੀ ਜਾਂ ਡੈਰੀ ਫਾਰਮਿੰਗ ਦੇ ਸਬੰਧੀ ਦੁੱਧ ਦੇ ਸਬੰਧੀ ਐਕਟ ਲੈ ਕੇ ਆਉਣਾ ਚਾਹੁੰਦਾ ਸੀ ਉਹਨਾਂ ਨੂੰ ਰੋਕਣਾ ਸੀਗਾ ਕਾਫੀ ਹੱਦ ਤੱਕ ਕਿਸਾਨ ਜਥੇਬੰਦੀਆਂ ਉਹਦੇ ਵਿੱਚ ਸਫਲ ਵੀ ਹੋਈਆਂ ਔਰ ਦਬਾਅ ਵੀ ਪਾਇਆ ਲੇਕਿਨ ਇਹ ਗੱਲ ਬਿਲਕੁਲ ਸਹੀ ਆ ਵੀ ਦੀਪ ਸਿੱਧੂ ਕਿਸਾਨੀ ਜਿਹੜਾ ਸੰਘਰਸ਼ ਸੀਗਾ ਉਹਨੇ ਸੋਚਿਆ ਵੀ ਕਿਸਾਨ ਸੰਘਰਸ਼ ਦੇ ਵਿੱਚ ਕੋਈ ਰਾਜਨੀਤਿਕ ਚਿਹਰਾ ਨਹੀਂ ਹੈ ਤੇ ਮੈਂ ਇਹਦੇ ਵਿੱਚ ਰਾਜਨੀਤਿਕ ਚਿਹਰੇ ਦੇ ਤੌਰ ਤੇ ਪੰਜਾਬ ਦੇ ਵਿੱਚ ਇੱਕ ਹੀਰੋ ਦੇ ਰੂਪ ਵਿੱਚ ਆਵਾਂ ਤੇ ਉਹਦੇ ਵਿੱਚ ਉਹ ਕਾਫੀ ਹੱਦ ਤੱਕ ਪਹਿਲਾਂ-ਪਹਿਲਾਂ ਸਫਲ ਵੀ ਹੁੰਦਾ ਰਿਹਾ ਪਰ ਜਦੋਂ ਕਿਸਾਨ ਜਥੇਬੰਦੀਆਂ ਨੇ ਇੱਕ ਨਾਰਾ ਕਰ ਲਿਆ ਤਾਂ ਉਹ ਸੰਘਰਸ਼ ਦੇ ਵਿੱਚ ਸਾਂਝੇ ਸੰਘਰਸ਼ ਦੇ ਵਿੱਚ ਗਿਆ ਵੀ ਸਾਂਝੇ ਸੰਘਰਸ਼ ਦੇ ਵਿੱਚ ਜਦੋਂ ਤੱਕ ਉਹ ਗਿਆ ਉਹਦੋਂ ਤੱਕ ਉਹ ਕਾਫੀ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਕਾਫੀ ਪਪੂਲਰ ਹੋ ਚੁੱਕਿਆ ਸੀਗਾ ਉਹਦੇ ਫਾਲੋਅਰ ਜ਼ਿਆਦਾ ਹੋ ਗਏ ਤੇ ਨੈਚੁਰਲੀ ਗੱਲ ਹੈ ਵੀ ਜਿਹੜਾ ਯੰਗ ਬੱਚਾ ਹੈਗਾ ਉਹਨੂੰ ਕਿਸਾਨੀ ਸੰਘਰਸ਼ ਤੋਂ ਸਵਾਇ ਜਿਹੜੀਆਂ ਹੋਰ ਕੇਂਦਰ ਸਰਕਾਰ ਸਾਡੇ ਖਿਲਾਫ ਨੀਤੀਆਂ ਕੱਢ ਰਹੀ ਹੈ ਸਾਡੇ ਪੰਜਾਬ ਦੇ ਮਸਲੇ ਪੈਂਡਿੰਗ ਨੇ ਤਾਂ ਨੈਚੁਰਲੀ ਉਹਦੇ ਵੱਲ ਅਟਰੈਕਟ ਵੀ ਹੋਇਆ ਤਾਂ ਇਸ ਕਰਕੇ ਨਿੱਜੀ ਤੌਰ ਤੇ ਮੈਂ ਇਹ ਦੇਖਦਾ ਵੀ ਜਿਹੜਾ ਕ੍ਰਿਮੀਨਲ ਸਿਸਟਮ ਉਹਦੇ ਦੇ ਉੱਤੇ ਪਿਆ ਕੇਸ ਪਿਆ ਹੈ ਐਜ਼ ਅ ਲਾਇਰ ਮੈਂ ਉਹਦੇ ਚ ਮੈਨੂੰ 100% ਯਕੀਨ ਹੈ ਵੀ ਉਹਦੇ ਤੇ ਕੋਈ ਕਾਰਵਾਈ ਸਖਤ ਜਿਹੜੀ ਹੈ ਉਹ ਨਹੀਂ ਹੋਣੀ ਹੈਗੀ ਉਹ ਕੋਰਟ ਨੇ ਉਹਨੂੰ ਰਿਲੀਫ ਦੇਣਾ ਹੀ ਦੇਣਾ ਹੈਗਾ ਜੋ ਪ੍ਰੈਜੈਂਟ ਸਿਚੁਏਸ਼ਨ ਹੈਗੀ ਹੈ ਅੰਦੋਲਨ ਦੇ ਹਿਸਾਬ ਦੇ ਨਾਲ ਅਗਰ ਦੇਖੀਏ ਤਾਂ ਨੇਚਰਲੀ ਉਹਨੇ ਕਾਫੀ ਹੱਦ ਤੱਕ ਅੰਦੋਲਨ ਨੂੰ ਟਾਲਾਈ ਹੈ ਤੇ ਜਿਹਦੀ ਰਿਕਵਰੀ ਜਿਹੜੀ ਸੀ ਸਾਨੂੰ ਪਹਿਲਾਂ ਲੱਗਦਾ ਸੀ ਵੀ ਸ਼ਾਇਦ ਨਹੀਂ ਹੋਏਗੀ ਪਰ ਰਕੇਸ਼ ਟਕਾਇਆ ਤੇ ਇਨਸੀਡੈਂਟ ਤੋਂ ਬਾਅਦ ਉਹਦੀ ਰਿਕਵਰੀ ਹੋਈ ਹੈ ਹੁਣ ਸੋਸ਼ਲ ਮੀਡੀਆ ਉੱਤੇ ਆ ਆਮ ਜਨਤਾ ਦੇ ਵਿੱਚ ਅਸੀਂ ਦੇਖਦੇ ਆਂ ਵੀ ਕੈਂਪੇਨ ਵੀ ਚੱਲ ਰਹੀ ਆ ਸਿੱਧੂ ਦੇ ਹੱਕ ਵਿੱਚ ਵੀ ਚੱਲ ਰਹੀ ਆ ਸਿੱਧੂ ਦੇ ਖਿਲਾਫ ਵੀ ਚੱਲ ਰਹੀ ਆ ਪਰ ਇਹ ਲੋਕਤੰਤਰ ਹੈ ਵਿਚਾਰ ਜਿਹੜੇ ਆ ਆਦਾਨ ਪ੍ਰਦਾਨ ਹੋਣਗੇ ਕੋਈ ਨੈਗੇਟਿਵ ਕੋਈ ਪੋਜ਼ਿਟਿਵ ਆਜ਼ਾਦੀ ਦੇ ਵੇਲੇ ਵੀ ਗਰਮ ਦਲ ਗਰਮ ਦਲ ਸੀਗਾ ਇੱਕ ਨਰਮ ਦਲ ਸੀਗਾ ਬਾਲਪਾਲ ਲਾਲ ਸੀਗਾ ਕੋਈ ਗਰਮ ਤੜਾ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਇਹ ਚੱਲਦਾ ਰਹਿੰਦਾ ਹੈ ਪਰ ਅੰਦੋਲਨ ਦੇ ਵਿੱਚ ਜਿਹੜੀ ਹਿੰਸਾ ਹੋਈ ਹੈ ਔਰ ਜਿਹਦੇ ਵਿੱਚ ਕਾਫੀ ਹੱਦ ਤੱਕ ਉਹਦਾ ਦੋਸ਼ ਸੀ ਕਿਸਾਨਾਂ ਤੋਂ ਅਲੱਗ ਟਰੈਕ ਤੇ ਲੈ ਕੇ ਜਾਣ ਦਾ ਅਲਾ ਮਤਲਬ ਆਪਣੀ ਅਲੱਗ-ਗੱਲ ਰੱਖਣ ਦਾ ਕਾਫੀ ਹੱਦ ਤੱਕ ਉਹਦੇ ਪੱਖ ਦੇ ਵਿੱਚ ਜਿਹੜੇ ਸੀ ਲੋਕ ਸੀ ਉਹਦੇ ਨਾਲ ਮਤਲਬ ਸਬੰਧ ਵੀ ਰੱਖਦੇ ਸੀਗੇ ਉਹਦੀ ਗੱਲ ਨੂੰ ਮੰਨਦੇ ਵੀ ਸੀਗੇ ਪਰ ਇੱਕ ਕਿਸਾਨੀ ਅੰਦੋਲਨ ਤੋਂ ਹਟ ਕੇ ਜਿਹੜੀ ਗੱਲ ਉਹਨੇ ਕਰੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਕਿਸਾਨੀ ਅੰਦੋਲਨ ਨੂੰ ਢਾਲ ਲੱਗੀ ਆ ਸੋ ਬਿਲਕੁਲ ਇਹ ਸਨ ਸੀਨੀਅਰ ਵਕੀਲ ਕਮਲ ਸਿੰਘ ਸੈਣੀ ਜਿਨ੍ਹਾਂ ਨੇ ਦੀਪ ਸਿੱਧੂ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਨੂੰਨੀ ਜੋ رائے ਆਪਣੀ ਸਾਂਝੀ ਕੀਤੀ ਆ ਸਾਡੇ ਚੈਨਲ ਦੇ ਨਾਲ ਤੇ ਦੱਸਿਆ ਕਿ ਕਿਸ ਤਰ੍ਹਾਂ ਇਹਦੇ ਵਿੱਚ ਧਰਾਵਾਂ ਲੱਗੀਆਂ ਕੀ ਕੁਝ ਹੋ ਸਕਦਾ ਹੈ ਪੁਲਿਸ ਅਗਰ ਜੋ ਧਰਾਵਾਂ ਲਾਈਆਂ ਹਨ ਉਹਨਾਂ ਨੂੰ ਸੱਚ ਸਾਬਤ ਕਰਨ ਦੇ ਵਿੱਚ ਸਫਲ ਹੁੰਦੀ ਹੈ ਤਾਂ ਅੱਗੇ ਕੀ ਸਜ਼ਾ ਹੋ ਸਕਦੀ ਹੈ ਤੇ ਹੁਣ ਜਿਸ ਤਰ੍ਹਾਂ ਦੀਪ ਸਿੱਧੂ ਦਾ 7 ਦਿਨਾਂ ਦਾ ਪੁਲਿਸ ਵੱਲੋਂ ਰਿਮਾਂਡ ਲਿਆ ਗਿਆ ਇਸ ਰਿਮਾਂਡ ਦੇ ਦੌਰਾਨ ਕੀ ਕੁਝ ਸਾਹਮਣੇ ਆਉਂਦਾ ਹੈ ਉਹ ਦੇਖਣ ਵਾਲੀ ਗੱਲ ਹੋਵੇਗੀ ਤੇ ਜੋ ਧਰਾਵਾਂ ਦੀਪ ਸਿੱਧੂ ਤੇ ਲਗਾਈਆਂ ਹਨ ਅਗਰ ਪੁਲਿਸ ਉਹਨਾਂ ਨੂੰ ਸਾਬਤ ਕਰਨ ਦੇ ਵਿੱਚ ਸਫਲ ਹੁੰਦੀ ਹੈ ਫਿਰ ਦੀਪ ਸਿੱਧੂ ਲੰਮੇ ਸਮੇਂ ਲਈ ਜੇਲ੍ਹ ਦੇ ਵਿੱਚ ਜਾ ਸਕਦਾ ਹੈ ਪਰੰਤੂ ਜਿਵੇਂ ਵਕੀਲ ਸਾਹਿਬ ਨੇ ਦੱਸਿਆ ਕਿ ਬਹੁਤ ਸਾਰੇ ਜਿਹੜੇ ਹੈਗੇ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਪੁਲਿਸ ਜਿਹੜੀ ਹੈਗੀ ਆ ਸਚਾਈ ਸਾਬਤ ਕਰਨ ਦੇ ਵਿੱਚ ਸਫਲ ਨਹੀਂ ਹੁੰਦੀ ਜਿਸ ਤੋਂ ਜਿਹੜਾ ਹੈਗਾ ਅਗਰ ਸਫਲ ਨਹੀਂ ਹੁੰਦੀ ਤਾਂ ਦੀਪ ਸਿੱਧੂ ਨੂੰ ਜਲਦੀ ਜ਼ਮਾਨਤ ਵੀ ਮਿਲ ਸਕਦੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੀਪ ਸਿੱਧੂ ਦਾ ਕੀ ਬੰਦਾ ਹੈ ਉਹਨਾਂ ਨੂੰ ਜ਼ਮਾਨਤ ਜ਼ਮਾਨਤ ਮਿਲਦੀ ਹੈ ਇਹ ਆ ਲੰਮੇ ਸਮੇਂ ਲਈ ਜੇਲ੍ਹ ਦੇ ਵਿੱਚ ਜਾਣਾ ਪਵੇਗਾ ਇਹ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੋਵੇਗਾ ਨਵਜੋਤ ਸਿੰਘ ਨਾਲ ਸੱਜਨ ਸਿੰਘ ਸੈਣੀ ਪੰਜਾਬੀ ਲੋਕ ਚੈਨਲ ਰੂਪਨਗਰ